ਦੇਸ਼ ਤੋਂ ਨੀਂਹ ਤੁਹਾਡੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਦਾਵਾ ਜੀ ਮਨਪ੍ਰੀਤ ਜੀ ਜੀ ਆਇਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਰੰਦਾਵਾ ਜੀ ਮਨਪ੍ਰੀਤ ਸਤ ਤੋਂ ਜ਼ਿਆਦਾ ਚਰਚਤ ਇਨੀ ਦਿਨੀ ਵਿਵਾਦ ਹੈ ਸਿੱਧੂ ਔਰ ਕੈਪਟਨ ਦਾ ਉਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਉਹ ਉਡੀਕੀ ਜਾ ਰਹੀ ਮੀਟਿੰਗ ਸੀ ਜਿਹਦੇ ਵਿੱਚ ਗਾਂਧੀ ਪਰਿਵਾਰ ਆਖਰ ਇੱਕ ਧਿਰ ਨੂੰ ਮਿਲ ਗਿਆ ਉਦੇ ਉੱਤੇ ਗੱਲ ਕਰਾਂਗੇ ਕਿ ਉਹ ਮਿਲਣੀ ਦੇ ਵਿੱਚ ਕੁਝ ਦੇਣ ਦੀਆਂ ਗੱਲਾਂ ਹੋਈਆਂ ਜਾਂ ਸਮਝਾਉਣ ਦੀਆਂ ਗੱਲਾਂ ਹੋਈਆਂ ਸਿੱਧੂ ਦੀ ਤਸੱਲੀ ਹੋਈ ਕਿ ਨਹੀਂ ਕਾਂਗਰਸ ਦਾ ਨਵਾਂ ਸਰੂਪ ਕਿਹੋ ਜਿਹਾ ਹੋਊਗਾ ਜੇਕਰ ਸਿੱਧੂ ਦੀ ਮੰਨੀ ਗਈ ਤੇ ਜੇਕਰ ਸਿੱਧੂ ਦੀ ਨਾ ਮੰਨੀ ਗਈ ਤਾਂ ਅਗਲੇ ਰਸਤੇ ਕੀ ਹੋਣਗੇ ਦੂਜਾ ਇਸ ਤੋਂ ਵੀ ਵੱਡਾ ਪਹਿਲੂ ਆ ਜਿੰਨੂੰ ਅਸੀਂ ਛੱਡ ਹੀ ਨਹੀਂ ਸਕਦੇ ਔਰ ਜਿਹਦੇ ਉੱਤੇ ਅਸੀਂ ਵੀ ਖੜੇ ਆ ਜਿਹੜਾ ਆਧਾਰ ਹੈ ਪੰਜਾਬ ਦਾ ਉਹ ਹੈ ਕਿਸਾਨੀ ਤੇ ਕਿਸਾਨੀ ਨਾਲ ਜਿਹੜਾ ਗਾਜ਼ੀਪੁਰ ਬਾਰਡਰ ਤੇ ਹੋਇਆ ਉਹ ਬਹੁਤ ਮਾੜਾ ਹੋਇਆ ਰਾਜਨੀਤੀ ਨੇ ਇਸ ਤਰ੍ਹਾਂ ਦੀ ਨੈਗੇਟਿਵਿਟੀ ਅਪਣਾਈ ਆ ਇੰਜ ਲੱਗਦਾ ਨਹੀਂ ਕਿ ਹੋਣਾ ਚਾਹੀਦਾ ਇਹ ਇੱਕ ਰੂਪ ਚਿਹਰੇ ਸਿਆਸਤਾਂ ਦੇ ਕਿ ਬੀਜੇਪੀ ਵਰਕਰ ਭਿੜੇ ਨੇ ਵਰਕਰ ਕਦੇ ਆਪ ਨਹੀਂ ਕੰਮ ਕਰਦੇ ਉਹਨਾਂ ਦੇ ਪਿੱਛੇ ਇੱਕ ਸੋਚ ਹੁੰਦੀ ਆ ਉਹਨਾਂ ਦੇ ਪਿੱਛੇ ਕੋਈ ਲੀਡਰਸ਼ਿਪ ਹੁੰਦੀ ਆ ਕਿ ਇਹ ਕਰਨ ਨਾਲ ਫਾਇਦਾ ਹੈ ਕਿਸਾਨਾਂ ਦੇ ਜ਼ਖਮੀ ਹੋਣ ਦੀ ਸੂchnਾ ਨੇ ਤਕਲੀਫ ਦਿੱਤੀ ਆ ਔਰ ਲਗਭਗ ਹੁਣ ਸਾਲ ਵਾਂਗ ਹੋ ਚੱਲਿਆ 7 ਮਹੀਨੇ ਹੋ ਗਏ ਅੱਧ ਤੋਂ ਬਾਅਦ ਜਦੋਂ ਕਹਿੰਦੇ ਚਲੇ ਜਾਂਦਾ ਹੈ ਤਾਂ ਅੰਕੜਾ ਅਗਲੇ ਪਾਸੇ ਨੂੰ ਗਿਣਨਾ ਸ਼ੁਰੂ ਹੋ ਜਾਂਦਾ ਇੰਨੇ ਲੰਬੇ ਸਮੇਂ ਤੋਂ ਇਹ ਤਸ਼ੱਦਦ ਜਿਹੜਾ ਕੁਦਰਤ ਦਾ ਵੀ ਆ ਤੇ ਹਾਕਮਾਂ ਦਾ ਉਹ ਝੇਲਦੇ ਲੋਕਾਂ ਤੇ ਮਨੁੱਖੀ ਮਾਨਵੀ ਅਤਿਆਚਾਰ ਮਾੜਾ ਹੁੰਦਾ ਇਹ ਤੇ ਗੱਲ ਕਰਾਂਗੇ ਔਰ ਇਸ ਤੋਂ ਅਗਲਾ ਵਿਸ਼ਾ ਜਿਹੜਾ ਹੈ ਉਹ ਪੰਜਾਬ ਦੀ ਸਮੁੱਚੀ ਫੈਜ਼ਾ ਦੇ ਵਿੱਚ ਜਿਸ ਤਰ੍ਹਾਂ ਦੇ ਨਕਾਰਾਤਮਕ ਪਹਿਲੂ ਸਾਹਮਣੇ ਆ ਰਹੇ ਆ ਜ਼ੋਰਾ ਸਿੰਘ ਮਾਨ ਇੱਕ ਵਾਰੀ ਫਿਰ ਸਾਹਮਣੇ ਆਏ ਆ ਪ੍ਰੈਸ ਕਾਨਫਰੰਸ ਕਰਦੇ ਆ ਸ਼ਾਇਦ ਇਹ ਪਹਿਲਾ ਕਮਿਸ਼ਨ ਸੀ ਵਿਅਦਵੀ ਮਾਮਲਿਆਂ ਚ ਜਿਨੇ ਉਦੋਂ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਬਾਦਲ ਕਿਆ ਹੀ ਬਣਾਇਆ ਸੀ ਉਹ ਰਿਪੋਰਟ ਲੈਣ ਵੀ ਉਦੋਂ ਕੋਈ ਨਹੀਂ ਸੈਕਟਰੀਏਟ ਚ ਆਇਆ ਯੋਰਾ ਸਿੰਘ ਮਾਨ ਜਿਹੜੇ ਤੱਥ ਪ੍ਰਸਤੁਤ ਕਰਦੇ ਆ ਪੇਸ਼ ਕਰਦੇ ਆ ਉਹਨਾਂ ਤੇ ਵੀ ਗੱਲ ਕਰਾਂਗੇ ਸੋ ਮੈਂ ਚਾਹੂੰਗਾ ਕਿ ਸਭ ਤੋਂ ਪਹਿਲਾਂ ਸਾਨੂੰ ਰਾਹੁਲ ਗਾਂਧੀ ਦੇ ਨਾਲ ਸਿੱਧੂ ਦਾ ਬਹਿਣਾ ਔਰ ਕਾਫੀ ਅੰਦੇ ਕੇ ਕੋਸ਼ਿਸ਼ ਤੋਂ ਬਾਅਦ ਇਹ ਮੀਟਿੰਗ ਤੈ ਹੋ ਸਕੀ ਪ੍ਰੇੰਕਾ ਗਾਂਧੀ ਨਾਲ ਇੱਕ ਦਿਨ ਪਹਿਲਾਂ ਇੱਕ ਛੋਟੀ ਜੀ ਸੰਕੇਪ ਮਿਲਣੀ 'ਚ ਸਿੱਤੂ ਫੋਟੋ ਲਵਾ ਕੇ ਆਗੇ ਸੀਗੇ ਉਸ ਤੋਂ ਬਾਅਦ ਪ੍ਰਿੰਕਾ ਗਾਂਧੀ ਨੇ ਬੈਟਿੰਗ ਕੀਤੀ ਸਿੱਧੂ ਲਈ ਔਰ ਪੂਰੇ ਪਰਿਵਾਰ ਨੂੰ ਇਕੱਠ ਕਰਕੇ ਮਸਲੇ ਨੂੰ ਕਿਸ ਹੱਦ ਵੱਲ ਕਿਸ ਦਿਸ਼ਾ ਵੱਲ ਲਜਾਇਆ ਗਿਆ ਇਹਦੇ ਤੇ ਜ਼ਰਾ ਚਾਨਣਾ ਪਾਇਓ ਸਮੁੱਚਾ ਮੀਡੀਆ ਕੀ ਕਹਿ ਰਿਹਾ ਸਾਰੇ ਦੇ ਸਾਰੇ ਜਿਹੜੇ ਸਰੋਤ ਆ ਸਾਰੀਆਂ ਏਜੰਸੀਆਂ ਦੇ ਜਿੱਚ ਅਖਬਾਰੀ ਏਜੰਸੀਆਂ ਵੀ ਨੇ ਤੇ ਦੋਜੀਆਂ ਉਹ ਕੀ ਕਹਿ ਰਹੀਆਂ ਜ਼ਰਾ ਦੱਸਿਓ ਖੋਲ ਕੇ ਤੁੰਦਾ ਵਾਜਿ ਦੇਖੋ ਪਹਿਲਾਂ ਤਾਂ ਤੁਸੀਂ ਆਪਾਂ ਮੀਡੀਆ ਦੀ ਗੱਲ ਕਰ ਲਿਗੇ ਜਿੱਦਾਂ ਸਿੱਧੂ ਇਹ ਮੈਸੇਜ ਦੇ ਕੇ ਜਾਂਦੇ ਨੇ ਸਾਰੇ মিডিਆ ਨੂੰ ਕਿ ਦੇਖੋ ਜੀ ਮੈਂ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨਾਲ ਮੀਟਿੰਗ ਕਰਨ ਜਾ ਰਿਹਾ ਤੇ মিডিਆ ਦੀ ਜਿਹੜੀ ਇੱਕ ਤਰ੍ਹਾਂ ਦੀ ਇੰਟਰਸਟ ਆ ਉਤਸੁਕਤਾ ਜਿਹੜੀ ਆ ਉਹ ਬਹੁਤ ਵਧੀ ਹੁੰਦੀ ਆ ਤੇ ਲਗਾਤਾਰ ਜਿਹੜਾ ਨੈਸ਼ਨਲ মিডিਆ ਦੇ ਚੈਨਲ ਦੇਖ ਲੋ ਸਿੱਧੂ ਦੀਆਂ ਇੱਥੋਂ ਜਾਣਦੀਆਂ ਤਸਵੀਰਾਂ ਸਿਕਿਉਰਿਟੀ ਦੀਆਂ ਗੱਡੀ ਦੀਆਂ ਸਭ ਦਿਖਾਈਆਂ ਜਾਂਦੀਆਂ ਲੇਕਿਨ ਸ਼ਾਮ ਨੂੰ ਜਦੋਂ ਮੁਲਾਕਾਤ ਨਹੀਂ ਹੁੰਦੀ ਜਾਂ মিডিਆ ਨੂੰ ਨਹੀਂ ਪਤਾ ਲੱਗਦਾ ਉਸ ਤੋਂ ਪਹਿਲਾਂ ਉਹ ਰਾਹੁਲ ਗਾਂਧੀ ਨਾਲ ਵੀ ਗੱਲ ਕਰ ਚੁੱਕੇ ਹੁੰਦੇ ਆ ਰਾਹੁਲ ਗਾਂਧੀ ਕਹਿੰਦੇ ਕਿ ਅੱਜ ਮੇਰੀ ਕੋਈ ਮੀਟਿੰਗ ਨਹੀਂ ਹੈ ਕਿਹੜੀ ਮੀਟਿੰਗ ਤੋਂ ਤੁਸੀਂ ਗੱਲ ਕਰਦੇ ਹੋ ਤੇ ਇੱਕੋ ਦਾਮ ਜਿਹੜਾ মিডিਆ মিডিਆ ਦੇ ਵਿੱਚ ਸਾਰੇ ਹੀ ਹੁੰਦੇ ਚਾਹੇ ਇਲੈਕਟ੍ਰੋਨਿਕ মিডিਆ ਦੇ ਚੈਨਲ ਹੋਣ ਅਖਬਾਰ ਹੋਣ ਡਿਜੀਟਲ মিডিਆ ਹੋਵੇ ਤੇ ਇੱਕੋ ਦਾਮ ਨੂੰ ਲੱਗਦਾ ਤੇ ਖਬਰ ਇਹ ਚੱਲਣ ਲੱਗ ਜਾਂਦੀ ਹੈ ਕਿ ਸਿੱਧੂ ਨਾਕਾਮਯਾਬ ਰਹੀਂ ਉਹਨਾਂ ਨੂੰ ਮਿਲਣ ਤੋਂ ਇਨਕਾਰ ਕੀਤਾ ਬਹੁਤ ਸਾਰੇ ਕੈਸ ਯਾਨੀ ਕਿ মিডিਆ ਜੋ ਇੱਕ ਪਾਸੇ ਇਹ ਕਹਿ ਰਿਹਾ ਸੀ ਸਵੇਰ ਤੱਕ ਕਿ ਬਹੁਤ ਕੋਈ ਵੱਡੀ ਚੀਜ਼ ਹੋਣ ਜਾ ਰਹੀ ਆ ਇੱਕ ਮੀਟਿੰਗ ਹੋਣ ਜਾ ਰਹੀ ਆ ਤੇ ਅੱਜ ਹੀ ਜਿਵੇਂ ਕੋਈ ਫੈਸਲਾ ਹੋ ਜਾਣਾ ਹੁੰਦਾ ਨਾਲ ਹੀ ਸ਼ਾਮ ਦੇ ਨੂੰ ਬਿਲਕੁਲ ਸਾਰਾ ਕੁਝ ਮਟੀਆਂ ਮੇਰ ਕਰ ਦਿੰਦਾ ਕਹਿੰਦਾ ਮਤਲਬ ਆ ਕਿ ਬਹੁਤ ਕਾਲਾ ਕਈ ਵਾਰੀ ਮੀਡੀਆ ਰਹਿੰਦਾ ਹਰ ਚੀਜ਼ ਨੂੰ ਹਰ ਚੀਜ਼ ਦਾ ਵਿਸ਼ਲੇਸ਼ਣ ਕਰਨ ਨੂੰ ਹਰ ਚੀਜ਼ ਨੂੰ ਪਰਖਣ ਨੂੰ ਤੇ ਇਹ ਵੀ ਉਹ ਕਾਲਾ ਰਹਿੰਦਾ ਕਿ ਅਸੀਂ ਕੁਝ ਨਾ ਕੁਝ ਖਾਸ ਦੱਸ ਦਈਏ ਤਾਂ ਕਿ ਸਾਡੀ ਰੀਡਰਸ਼ਿਪ ਜਾਂ ਵਿਊਰਸ਼ਿਪ ਵਧੇ ਲੇਕਿਨ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਉਸੇ ਸ਼ਾਮ ਨੂੰ ਫਿਰ ਜਦੋਂ ਮੀਟਿੰਗ ਹੁੰਦੀ ਹੈ ਇੱਕ ਪ੍ਰਿੰਕਾ ਗਾਂਧੀ ਨਾਲ ਤੇ ਕੱਲ ਰਾਹੁਲ ਗਾਂਧੀ ਨਾਲ ਇੱਕ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹਜੇ ਤੱਕ ਸਾਨੂੰ ਅਧਿਕਾਰਿਕ ਤੌਰ ਤੇ ਆਫੀਸ਼ੀਅਲੀ ਸਾਨੂੰ ਨਹੀਂ ਪਤਾ ਕਿ ਐਸੇ ਜ਼ਰੂਰ ਹਰ ਕਿਸੇ ਦੇ ਕੋਈ ਨਾ ਕੋਈ ਵਿਅਕਤੀ ਹੁੰਦੇ ਆ ਕੋਈ ਨਾਲ ਜੁੜੀ ਕੋਈ ਨਵਜੋਤ ਸਿੰਘ ਸਿੱਧੂ ਦੇ ਕੋਈ ਨਜ਼ਦੀਕੀ ਹੋ ਸਕਦੇ ਨੇ ਕੁਝ ਜਿਹੜੇ ਬੰਦੇ ਆ ਉਹ ਆਈਸੀਸੀ ਦੇ ਹੋ ਸਕਦੇ ਨੇ ਜਾਂ ਰਾਹੁਲ ਗਾਂਧੀ ਦੇ ਪ੍ਰਿੰਕਾ ਗਾਂਧੀ ਦੇ ਇਸ ਤਰ੍ਹਾਂ ਦੇ ਵਿਅਕਤੀ ਹੁੰਦੇ ਨੇ ਇਵਨ ਕਿ ਜਿਹੜੇ ਕੈਪਟਨ ਦੇ ਧੇਰਾ ਉਹ ਵੀ ਇਸ ਦੇ ਵਿੱਚ ਪੂਰੀ ਭੂਮਿਕਾ ਨਿਭਾ ਰਹੇ ਆ ਔਰ ਜਿਹੜੀ ਅਫਸਰ ਸ਼ਾਹੀ ਆ ਨੌਕਰ ਸ਼ਾਹੀ ਆ ਬਿਊਰੋਕ੍ਰੇਸੀ ਉਸ ਦੀਆਂ ਵੀ ਡਿਊਟੀਆਂ ਲੱਗੀਆਂ ਹੋਈਆਂ ਕਿ ਤੁਸੀਂ ਜਾ ਕੇ ਕੋਈ ਪ੍ਰਚਾਰ ਹੁੰਦਾ ਉਸ ਚੀਜ਼ ਨੂੰ ਪਹਿਲਾਂ ਤਾਂ ਸੁਣੋ ਜਾਂਚੋ ਫਿਰ ਉਸ ਦਾ ਜੇ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਉਸ ਨੂੰ ਉਹਦਾ ਉਹਦਾ ਤੁਸੀਂ ਕਿਸੇ ਤਰ੍ਹਾਂ ਦਾ ਉਹਨੂੰ ਖੰਡਨ ਕਰਨਾ ਪਵੇ ਤੁਸੀਂ ਉਹ ਵੀ ਕਰੋ ਖੈਰ ਇਹ ਗੱਲਾਂ ਆਪਣੀ ਜਗ੍ਹਾ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਇਸ ਮੀਟਿੰਗ ਦਾ ਇਹਨਾਂ ਮੀਟਿੰਗਾਂ ਦੋ ਮੀਟਿੰਗਾਂ ਜਿਹੜੀਆਂ ਹੋਈਆਂ ਇਹਦਾ ਨਤੀਜਾ ਕੀ ਨਿਕਲੂਗਾ ਕੀ ਉਹਨਾਂ ਨੇ ਮੰਗਿਆ ਕਿਸਤੇ ਉਹਨਾਂ ਨੇ ਗੱਲ ਕੀਤੀ ਕਿਉਂਕਿ ਦੇਖੋ ਇੱਕ ਗੱਲ ਬੜੀ ਸਪਸ਼ਟ ਆ ਜੋ ਮੈਨੂੰ ਲੱਗਦਾ ਕਿ ਹਾਈ ਕਮਾਂਡ ਹੋਈ ਸੋਨੀਆ ਗਾਂਧੀ ਹੋਏ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਚਾਹੇ ਉਹ ਨਵਜੋਤ ਸਿੰਘ ਸਿੱਧੂ ਦਾ ਸਾਥ ਦੇ ਰਹੇ ਹੁਣ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇ ਰਹੇ ਹੁਣ ਇੱਕ ਗੱਲ ਬਹੁਤ ਸਪਸ਼ਟ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਵੱਧ ਸੁਣਨਾ ਪੈਣਾ ਉਹ ਕਾਰਨ ਹੈ ਕਿਉਂਕਿ ਉਹ ਮੁੱਖ ਮੰਤਰੀ ਆ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਜ਼ੀਡੈਂਟ ਜਾਂ ਇਸ ਤਰ੍ਹਾਂ ਦੀ ਉਦਾਹਰਨ ਪੰਜਾਬ ਦੇ ਵਿੱਚ ਸੈੱਟ ਹੋ ਗਈ ਤੇ ਇਹ ਬਾਕੀ ਸੂਬਿਆਂ ਵਿੱਚ ਵੀ ਕਾਂਗਰਸ ਨੂੰ ਖਰਾਬ ਕਰੇਗੀ ਕੱਲ ਨੂੰ ਬਗਾਵਤ ਦੀਆਂ ਸੁਰਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਚੁੱਕਾ ਕਿ ਜਿਵੇਂ ਸਚਿੰਦ ਪਾਇਲਟ ਆ ਰਾਜਸਥਾਨ ਦੇ ਜਾਂ ਹੋਰ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦੀ ਬਗਾਵਤ ਦੀਆਂ ਸੁਰਾਂ ਹੋ ਚੁੱਕੀਆਂ ਜਾਂ ਹੋਰ ਵੀ ਸਟੇਟਸ ਦੇ ਵਿੱਚ ਤੇ ਉਹ ਸੁਰਾਂ ਫਿਰ ਤੇਜ਼ ਹੋ ਜਾਣਗੀਆਂ ਕਿ ਇੱਥੇ ਬਗਾਵਤ ਕਰੋ ਤੇ ਆਪਣੀ ਮਨਮਾਨੀ ਕਰ ਲਓ ਸੋ ਇਸ ਕਰਕੇ ਉਹਨਾਂ ਨੂੰ ਬਹੁਤ ਬੈਲੈਂਸ ਬਣਾ ਕੇ ਰੱਖਣਾ ਹੋਊਗਾ ਜੋ ਵੀ ਉਹ ਡਿਸੀਜਨ ਲੈਣ ਤੇ ਕਿਉਂਕਿ ਉਹ ਪੂਰੀ ਪਾਰਟੀ ਦੇ ਹਿੱਤ ਵਿੱਚ ਹੀ ਹੋਣਾ ਚਾਹੀਦਾ ਜੀ ਮਨਪ੍ਰਿਤ ਮਨਪ੍ਰਿਤ ਦੇਖੋ 2-3 ਪਦਰਾ ਤੇ ਰੌਲਾ ਪੈਂਦਾ ਰਿਹਾ ਇੱਕ ਤਾਂ ਸਟੇਟ ਦੀਆਂ ਸੂਈਆ ਏਜੰਸੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਰਹੀਆਂ ਕਿ ਇੱਕ ਦਿਨ ਪਹਿਲਾਂ ਪ੍ਰਿੰਕਾ ਗਾਂਧੀ ਨੂੰ ਮਿਲਣ ਤੋਂ ਪਹਿਲਾਂ ਸਿੱਧੂ ਕੁਝ ਸਮੇਂ ਲਈ ਆਪਣਾ ਸਾਰਾ ਤਾਮ-ਚਮ ਛੱਡ ਕੇ ਕੱਲਿਆਂ ਕਿਸੇ ਪ੍ਰਾਈਵੇਟ ਗੱਡੀ 'ਚ ਨਿਕਲੇ ਸੀ ਰੋਲਾ ਪੈਂਦਾ ਰਿਹਾ ਇੱਥੇ ਉਹ ਗਾਂਧੀ ਪਰਿਵਾਰ ਦੇ ਕਿਸੇ ਜੀ ਨੂੰ ਮਿਲਣ ਗਏ ਆ ਫਿਰ ਇਹ ਵੀ ਇੱਕ ਖਬਰ ਨਿਕਲ ਕੇ ਆਉਂਦੀ ਰਹੀ ਕਿ ਉਹ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਕਾਫੀ ਦੇਰ ਉਡੀਕ ਵੀ ਕਰਦੇ ਰੇ ਕਿਸੇ ਪ੍ਰਾਈਵੇਟ ਗੱਡੀ 'ਚ ਫਿਰ ਸ਼ਾਮ ਪੈਂਦੇ ਪੈਂਦੇ ਇੱਕ ਜਿਹੜੀ ਨੈਕਸਟ ਅਗਲੇ ਦਿਨ ਖਬਰ ਆਉਂਦੀ ਆ ਉਹ ਆਕ ਜਾਂਦੀ ਆ ਕਿ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਹੋਈ ਪਹਿਲਾਂ ਉਹ 3 ਘੰਟੇ ਫਿਰ 4 ਘੰਟੇ ਫਿਰ ਉਹ 40 ਮਿੰਟ ਉਹਦੇ 'ਚ ਵੀ ਕਾਫੀ ਕਈ ਤਰ੍ਹਾਂ ਦੀਆਂ ਫ਼ਰਮ ਆ ਰਹੀਆਂ ਸੱਤਾ ਦੇ ਇੱਕ ਵੱਡੇ ਚਿਹਰੇ ਉੱਥੇ ਸੱਤਾ ਦੇ ਬ੍ਰੋਕਰ ਜਿਹੜੇ ਹੁੰਦੇ ਆ ਉਹ ਵੀ ਵਿੱਚ ਸ਼ਾਮਲ ਹੋਏ ਸਦੋਂ ਦੀ ਮੁਲਾਕਾਤ ਹੋਣੀ ਬੜੀ ਜ਼ਰੂਰੀ ਸੀ ਕਿਉਂਕਿ ਮਾਨਸਿਕ ਤੌਰ ਤੇ ਜਦੋਂ ਆਲੇ ਦੁਆਲੇ ਚੋਂ ਖਬਰਾਂ ਆਉਂਦੀਆਂ ਤੇ ਬੰਦੇ ਦੀ ਮਾਨਸਿਕਤਾ ਤੇ ਅਸਰ ਪੈਂਦਾ ਇਧਰ ਸਟੇਟ ਵਾਲੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚੋਂ ਵੀ ਨਜ਼ਰ ਪੂਰੀ ਟਿੱਗੀ ਹੋਈ ਸੀ ਕਿ ਕੀ ਹੋ ਰਿਹਾ ਜਿਹੜੇ ਉੱਥੇ ਵੱਡੇ ਲੋਕ ਆ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਚੈਨਲਾਂ ਦੇ ਵੱਡੇ ਪੱਤਰਕਾਰ ਜਿਹੜੇ ਕਿਸੇ ਵੀ ਲੀਡਰ ਤੱਕ ਪਹੁੰਚ ਬਣਾ ਲੈਂਦੇ ਆ ਜਾਂ ਜਿਨ੍ਹਾਂ ਜਿਨ੍ਹਾਂ ਤੋਂ ਬਿਨਾ ਸਿਆਸਤਦਾਨਾਂ ਦਾ ਸਰਦਾ ਹੀ ਨਹੀਂ ਜਿਹੜੇ ਪ੍ਰਿੰਕਾ ਗਾਂਧੀ ਉਹ ਰਾਹੁਲ ਗਾਂਧੀ ਦੇ ਘੇਰਿਆਂ ਦੇ ਅੰਦਰ ਤੱਕ ਵੜੇ ਹੋਇਆ ਇੱਕ ਖਬਰ ਅਪੁਸ਼ਟ ਤਰੀਕੇ ਨਾਲ ਉਥੋਂ ਫਲੈਸ਼ ਹੁੰਦੀ ਰਹੀ ਜਿਹਨੂੰ ਨੈਸ਼ਨਲ ਮੀਡੀਆ ਸੀ ਕਹਿੰਦੇ ਆ ਜਿਹੜਾ ਉੱਡਾ ਹੀ ਵੱਡਾ ਹੈ ਜਿੱਡੇ ਹੁਣ ਅੱਜਕੱਲ ਦੂਜੇ ਕਾਰਪੋਰੇਟ ਘਰਾਣੇ ਆ ਅਮਾਨੀ ਐ ਡਾਨੀ ਉਹਨਾਂ ਦੇ ਲਾਗੇ ਤਾਂ ਨਹੀਂ ਪਹੁੰਚਦੇ ਪਰ ਮੀਡੀਆ ਦਾ ਵੀ ਆਪਣਾ ਬੜਾ ਸੋ ਇਹ ਤਿੰਨ ਤਰ੍ਹਾਂ ਦੀਆਂ ਸੂਚਨਾਵਾਂ ਸੀਗੀਆਂ ਜਿਹੜੀਆਂ ਸੂਚਨਾਵਾਂ ਇਕੱਠੀਆਂ ਹੋ ਕੇ ਬਾਹਰ ਡਿੱਗਦੀਆਂ ਰਹੀਆਂ ਕਿ ਇੱਕ ਸਮੇ ਸਿੱਧੂ ਅੜਿਆ ਸੀ ਲੇਕਿਨ ਇੱਕ ਸਮਾਂ ਇਹੋ ਜਿਹਾ ਆ ਜਦੋਂ ਸਿੱਧੂ ਨੂੰ ਆਪਣੀ ਛਾਖ ਬਚਾਉਣ ਲਈ ਸੰਘਰਸ਼ ਕਰਨਾ ਪਿਆ ਹੁਣ ਜਿਹੜਾ ਵਿਅਕਤੀ ਪੰਜਾਬ ਦੀ ਸੱਤਾ 'ਚ ਕੁਝ ਬਦਲਣ ਲਈ ਕੁਝ ਚੰਗੇ ਕੰਮ ਕਰਨ ਲਈ ਸੱਤਾ ਚਾਹੁੰਦਾ ਜਿਹੜਾ ਚਾਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਰਵਾਇਤੀ ਲੀਡਰਸ਼ਿਪ ਨਾਲੋਂ ਕੁਝ ਵੱਖਰੀ ਤਰ੍ਹਾਂ ਦੀ ਲੀਡਰਸ਼ਿਪ ਦਈਏ ਲੇਕਿਨ ਉਹ ਰਹਿਣਾ ਰਵਾਇਤੀ ਤਰ੍ਹਾਂ ਚ ਹੀ ਚਾਹੁੰਦਾ ਉਸ ਵਿਅਕਤੀ ਦੀ ਆਪਣੀ ਤਰ੍ਹਾਂ ਦੀ ਇੱਕ ਮੁਸ਼ਕਲ ਖੜੀ ਹੋਗੀ ਕਿ ਇੱਕ ਬੰਨੇ ਪੂਰਾ ਸੱਤਾ ਦਾ ਤਾਮਚਾਮ ਸੀ ਸਟੇਟ ਗਵਰਨਮੈਂਟ ਤੇ ਦੂਜੇ ਬੰਨੇ ਹਾਈ ਕਮਾਂਡ ਉਹ ਜਿਹੜੀ ਫੈਸਲੇ ਹੀ ਨਹੀਂ ਲੈਂਦੀ ਤੇ ਤੀਜੇ ਬੰਨੇ ਇਹਦਾ ਆਪਣਾ ਰੁਖ ਉਹ ਰੁਖ ਜਿਹੜਾ ਜਿੱਦ ਵਾਲਾ ਵੀ ਆ ਅੜੀਅਲ ਵੀ ਆ ਜਿਹਨੂੰ ਉਹ ਸਿਧਾਂਤ ਕਹਖਦਾ ਹੈ ਜਿਹਨੂੰ ਨਵਜੋਤ ਸਿੰਘ ਸਿੱਧੂ ਦੀ ਬਹੁਤ ਇੱਜ਼ਤ ਹੈ ਇੱਚ ਕੋਈ ਦੋਰਾਵਾ ਨਹੀਂ ਪਰ ਉਹ ਜਿਸ ਖਲ ਜਗਨ ਚ ਫਸ ਗਏ ਆ ਉਤੋਂ ਹੁਣ ਨਿਕਲਣ ਦਾ ਰਾਹ ਵੀ ਨਹੀਂ ਥਿਉਂਦੇ ਹੁਣ ਜੇਕਰ ਮੈਂ ਦੂਜੇ ਲਫ਼ਜ਼ਾਂ ਚ ਕਹੂੰ ਕਿ ਸੰਖੇਪ ਚ ਗੱਲ ਕਰਾਂ ਦੂਜੇ ਲਫ਼ਜ਼ਾਂ ਚ ਕਹਾਂ ਸੁਣਿਆ ਇਹ ਗੱਲ ਉੱਪਰ ਕੀ ਆਈ ਹੈ ਕਿ ਗਾਂਧੀ ਪਰਿਵਾਰ ਜ਼ਿਆਦਾਤਰ ਇਹ ਸਮਝਾਉਣ ਦੇ ਆਰਚ ਸੀ ਕਿ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਡੈਮੇਜ ਨਾ ਹੋਵੇ ਨੁਕਸਾਨ ਨਾ ਪਹੁੰਚੇ ਜੇ ਪ੍ਰਦੇਸ਼ ਪ੍ਰਧਾਨਗੀ ਦਿੰਨੇ ਆ ਤਾਂ ਇਹ ਵੀ ਕਹਿੰਦੇ ਸਮਝਾਉਣ ਦਾ ਯਤਨ ਅੰਦਰ ਖਾਤੇ ਪਤਾ ਲੱਗਿਆ ਕਿ ਜਿਹੜੀ ਗੱਲ ਬਹੁਤ ਸਾਰੀਆਂ ਧਿਰਾਂ ਨੂੰ ਸੁਣ ਕੇ ਨਿਕਲੀ ਸੀ ਕਿ ਕੈਪਟਨ ਦੇ ਖਿਲਾਫ ਤਾਂ ਸੁਰਾ ਰਹੀਆਂ ਸਿੱਧੂ ਦੇ ਹੱਕ ਦੇ ਵਿੱਚ ਬਹੁਤ ਘੱਟ ਲੋਕ ਬੋਲੇ ਜਦੋਂ ਸਿੱਧੂ ਦਾ ਸਵਾਲ ਆਉਂਦਾ ਰਿਹਾ ਤੇ ਬਹੁਤੇ ਲੋਕ ਬੋਲਣਾ ਪਸੰਦ ਨਹੀਂ ਸੀ ਕਰਦੇ ਜਾਂ ਉਹਦੀ ਪ੍ਰਧਾਨਗੀ ਤੇ ਵੀ ਕਿੰਤੂ ਜੇ ਉਹ ਦੇਤੀ ਜਾਵੇ ਸੋ ਇਹਦੇ ਵਿੱਚ ਬਹੁਤਾ ਸਮਾਂ ਸਮਝਾਉਣ ਚ ਲੱਗਿਆ ਡਿਪਟੀ ਸੀਐਮ ਬਣਦੇ ਸਿੱਧੂਦਲੇ ਮੰਨਦਾ ਹੀ ਨਹੀਂ ਪ੍ਰਧਾਨਗੀ ਦੇਣ ਦੇ ਵਿੱਚ ਬਾਕੀ ਕਾਂਗਰਸ ਦਾ ਤਾਣਾ ਬਣਾ ਵੀ ਅੜ ਜਾਂਦਾ ਸੋ ਇੱਥੇ ਆ ਕੇ ਪ੍ਰਦੇਸ਼ ਦੇ ਵਿੱਚ ਹੁਣ ਕਿਹੋ ਜੀ ਸਿਆਸਤ ਹੋਊਗੀ ਸੱਤਾ ਦੇ ਅੰਦਰ ਜਿਹੜੀ ਸੱਤਾ ਉਹ ਕਿੱਦਾਂ ਦੀ ਹੋਊਗੀ ਮਹੀਨੇ ਪੰਜ ਚਾਰ ਰਹਿ ਗਿਆ ਸਖਬੀਰ ਬਾਦਲ ਹਰਲ ਹਰਲ ਕਰਦੇ ਫਿਰਦੇ ਆ ਆਮ ਆਦਮੀ ਪਾਰਟੀ ਵਾਲੇ ਰੋਜ਼ ਨਵਾਂ ਚੰਦ ਚੜ੍ਹਦੇ ਆ ਉਹ ਕਹਿੰਦੇ ਆ ਕਿ ਮੜੀ ਜੀ ਸਪੇਸ ਖਾਲੀ ਕਰੋ ਅਸੀਂ ਭਰਨ ਲਈ ਤਿਆਰ ਆ ਔਰ ਉਸੇ ਵੇਲੇ ਉਹ ਖਾਲੀ ਥਾਂ ਮ ਭਰੀ ਵੀ ਜਾ ਰਿਹਾ ਸੋ ਏਸੀ ਸਥਿਤੀ ਦੇ ਵਿੱਚ ਕਾਂਗਰਸ ਦਿਨ ਬਦਿਨ ਨਗਾਰ ਵੱਲ ਜਾ ਰਹੀ ਆ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਖ ਖੁਰ ਰਹੀ ਆ ਕੱਲ ਇੱਕ ਫੋਟੋ ਆਈ ਸੀ ਫਤੇਜ ਸਿੰਘ ਬਾਜਵਾ ਦੇ ਮੁੰਡੇ ਨੇ ਇਦਾਂ ਘੁੱਟ ਕੇ ਉਤੋਂ ਦੀ ਜੱਫੀ ਪਾਈ ਹੋਈ ਸੀ ਕਹਿੰਦੇ ਉਹਦੇ ਤੇ ਸੋਸ਼ਲ ਮੀਡੀਆ ਤੇ ਬੜੀ ਚਰਚਾ ਹੁੰਦੀ ਰਹੀ ਜਦੋਂ ਸ਼ੇਰ ਦੇ ਤੁਸੀਂ ਤੰਦ ਕੱਢਦੇ ਹੋਗੇ ਪੰਜੇ ਨਾ ਹੋਣਗੇ ਤਾਂ ਫਿਰ ਉਹ ਇੰਜ ਦਾ ਹੀ ਲੱਗੂਗਾ ਇਹ ਵੀ ਇੱਕ ਜ਼ਿਕਰ ਹੁੰਦਾ ਰਿਹਾ ਕੀ ਕਹਿੰਦੇ ਹੋ ਦੇਖੋ ਤੁਸੀਂ ਬਹੁਤ ਇਸਤੇ ਬੜੀ ਵਿਸਤਾਰ ਨਾਲ ਸਾਰੀ ਜਾਣਕਾਰੀ ਦਿੱਤੀ ਆ ਮੈਂ ਫਿਰ ਉਸੇ ਗੱਲ ਤੇ ਆਉਣਾ ਇੱਕ ਜਿਹੜੀ ਮੀਡੀਆ ਦੀ ਇਹ ਇਹ ਵੀ ਗੱਲ ਠੀਕ ਹੈ ਕਿ ਸਾਰੇ ਪਾਸੇ ਮੁਲਾਕਾਤਾਂ ਵੀ ਹੁੰਦੀਆਂ ਜੇ ਹਾਈ ਕਮਾਂਡ ਇੱਕ ਚੀਜ਼ ਬੜੀ ਸਪਸ਼ਟ ਆ ਕਿ ਜੇ ਹਾਈ ਕਮਾਂਡ ਚਾਹੁੰਦਾ ਉਹ ਇਹ ਕੱਲ ਇਹ ਮੈਸੇਜ ਬੜਾ ਕਲੀਅਰ ਦੇ ਦਿੱਤਾ ਜਾਂਦਾ ਸੀ মিডিਆ ਇਹ ਗੱਲ ਭੁੱਲ ਜਾਂਦਾ ਕਿ ਹਰੀਸ਼ ਰਾਵਤ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਇਹ ਮਸਲਾ ਅਸੀਂ 8 ਤੋਂ 10 ਜੁਲਾਈ ਦੇ ਦਰਮਿਆਨ ਅਸੀਂ ਹੱਲ ਕਰ ਲਾਂਗੇ ਉਸ ਤੋਂ ਪਹਿਲਾਂ ਸਾਨੂੰ ਸਮਾਂ ਦੋ ਲੇਕਿਨ ਮੈਨੂੰ ਲੱਗਦਾ ਹੈ মিডিਆ ਨੂੰ ਹਰ ਰੋਜ਼ ਤਾਜ਼ਾ ਤਾਜ਼ਾ ਖਬਰ ਚਾਹੀਦੀ ਹੈ ਗਰਮ ਗਰਮ ਖਬਰ ਚਾਹੀਦੀ ਹੈ ਕਿ ਐਸੇ ਲਾਉਣੇ ਉਹਦੀ ਇੱਕ ਸੁਭਾਅ ਦੇ ਵਿੱਚ ਸ਼ਾਮਿਲ ਆ ਇਸ ਕਰਕੇ ਉਹ ਚਾਹੁੰਦਾ ਸੀ ਕਿ ਸਾਨੂੰ ਹੁਣ ਮੈਂ ਤੁਸਾਂ ਤੁਹਾਨੂੰ ਦੱਸਦਾ ਕਿ ਕਈ মিডিਆ ਦੇ ਚੈਨਲਸ ਆ ਜਿਹੜੇ ਨੈਸ਼ਨਲ ਚੈਨਲਸ ਆ ਉਹਨਾਂ ਦੇ ਮੈਨੂੰ ਵੀ ਫੋਨ ਆਏ ਉਹ ਕਹਿੰਦੇ ਜੀ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਸਾਨੂੰ ਕੋਈ ਦੱਸਦਾ ਨਹੀਂ ਫੇਰ ਇਹ ਕਹਿੰਦੇ ਸਾਨੂੰ ਪੋਜ਼ਿਟਿਵ ਖਬਰ ਦੇ ਦਿਓ ਜਦੋਂ ਤੁਸੀਂ ਇਹ ਇਸ ਤਰ੍ਹਾਂ ਦੇ ਮਾਨਸਿਕਤਾ ਨਾਲ ਮੀਡੀਆ ਹੋਵੇ ਕਿ ਸਾਨੂੰ ਕੁਝ ਲੱਭ ਨਹੀਂ ਰਿਹਾ ਕਿਉਂਕਿ ਦੇਖੋ ਦੋਨਾਂ ਧਿਰਾਂ ਨੇ ਬਚ ਕੇ ਚੱਲਣਾ ਨਵਜੋਤ ਸਿੰਘ ਸਿੱਧੂ ਮੀਡੀਆ ਨਾਲ ਗੱਲ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਮੈਂ ਕੋਈ ਐਹੋ ਜੀ ਗੱਲ ਕਰਤੀ ਤੇ ਹੋ ਸਕਦਾ ਮੇਰਾ ਜਿਹੜਾ ਬਣਦਾ ਖੇਲ ਆ ਉਹ ਵਿਗੜ ਜੇ ਇਸੇ ਤਰ੍ਹਾਂ ਇਥੇ ਤਰ੍ਹਾਂ ਦੀ ਗੱਲ ਰਾਹੁਲ ਗਾਂਧੀ ਨੇ ਸਿਰਫ ਇਹ ਗੱਲ ਕਹੀ ਸੀ ਕਿ ਅੱਜ ਕੋਈ ਮੀਟਿੰਗ ਨਹੀਂ ਹੈ ਅਗਲੇ ਦਿਨ ਉਹਨਾਂ ਨੇ ਮੀਟਿੰਗ ਕਰ ਲਈ ਉਸ ਗੱਲ ਨੂੰ ਵੀ ਵਿਧਾ ਚੜ੍ਹਾ ਕੇ ਦੱਸਤਾ ਜੇ ਕਿਤੇ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਸਨੈਪ ਕਰਨਾ ਹੁੰਦਾ ਉਹ ਇਸ ਟਾਈਮ ਸਿਰਫ ਇੱਕ ਐਮਐਲਏ ਆ ਰਿਸਰਸ ਈਸ ਤੋਂ ਕੋਈ ਮੁੱਖ ਮੰਤਰੀ ਨਹੀਂ ਹੈ ਕੈਬਨਟ ਮੰਤਰੀ ਨਹੀਂ ਹੈ ਉਸ ਹਿਸਾਬ ਦਾ ਉਹਨਾਂ ਦਾ ਕੋਈ ਅਹੁਦਾ ਨਹੀਂ ਹੈ ਤੇ ਉਹਨੂੰ ਵੀ ਬਿਨਾਂ ਮਿਲੇ ਉਹ ਭੇਜ ਸਕਦੇ ਸੀ ਇਹ ਕੋਈ ਉਹਨਾਂ ਲਈ ਮਜਬੂਰੀ ਨਹੀਂ ਸੀ ਇਹ ਨਵਜੋਤ ਸਿੰਘ ਸਿੱਧੂ ਦਾ ਉਹਨਾਂ ਦੇ ਉੱਤੇ ਹੱਥ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਜੇ ਗਏ ਤਾਂ ਮੁਲਾਕਾਤਾਂ ਹੋਈਆਂ ਲੇਕਿਨ ਮੀਡੀਆ ਨੂੰ ਇਸ ਕਾਲੀ ਨਾਲ ਇਹ ਸਾਰੀ ਗੱਲ ਕੀਤੀ ਸੋ ਅਲਟੀਮੇਟਲੀ ਆ ਕੇ ਹੋ ਜਾਂਦਾ ਕਿ ਜਿਹੜੀ ਕਾਂਗਰਸ ਆ ਕਿਸ ਪਾਸੇ ਜਾ ਰਹੀ ਹੈ ਸੋ ਸਾਨੂੰ ਇਹਨਾਂ ਸਾਰੇ ਲੋਕਾਂ ਨੂੰ ਇਹ ਜਿਹੜਾ ਹੈ ਟਾਈਮ ਦੇਣਾ ਚਾਹੀਦਾ ਤਾਂ ਕਿ ਜਿਹੜਾ 8 ਜਾਂ 10 ਜੁਲਾਈ ਤੱਕ ਇਹ ਗੱਲ ਕਹਿੰਦੇ ਆ ਕਿ ਮਸਲਾ ਹੱਲ ਹੋ ਜਾਊਗਾ ਉਸ ਵੱਲ ਧਿਆਨ ਦੇਣਾ ਚਾਹੀਦਾ ਉਸ ਤੋਂ ਜਿਹੜੀਆਂ ਪਹਿਲਾਂ ਗੱਲਾਂ ਹੁੰਦੀਆਂ ਪਹਿਲ ਉਹ ਮੀਡੀਆ ਦਾ ਕੰਮ ਆ ਉਹ ਸਪੈਕੂਲੇਸ਼ਨਸ ਵੀ ਕਰਨਗੇ ਤੇ ਜੇ ਕੋਈ ਇਸ ਤਰ੍ਹਾਂ ਦੀ ਸਨਸਨੀ ਇਹ ਸਟੋਰੀ ਆਉਂਦੀ ਆ ਜਾਂ ਉਹਨਾਂ ਨੂੰ ਨਿਊਜ਼ ਰਿਪੋਰਟ ਮਿਲਦੀ ਆ ਉਸ ਬਾਰੇ ਵੀ ਉਹ ਰਿਪੋਰਟ ਕਰਨੀ ਆ ਕਿਉਂਕਿ ਮਨ ਮਨਪ੍ਰਿਤ ਮਨਪ੍ਰਿਤ ਠੀਕ ਹੈ ਤੁਹਾਡੇ ਜਾਂ ਮੇਰੇ ਕਹਿਣ ਨਾਲ ਕੁਝ ਵਾਪਰਦਾ ਨਹੀਂ ਨਾ ਕੁਝ ਬਦਲਦਾ ਹੈ ਨਾ ਮੀਡੀਆ ਜਿਹੜੇ ਕੰਮ 'ਚ ਲੱਗਿਆ ਉਹਨੇ ਉਹ ਕੰਮ ਕਰਨਾ ਹੀ ਆ ਜੇ ਤੁਸੀਂ ਉਹ ਕੰਮ ਕਰਨ ਤੋਂ ਰੋਕੋਗੇ ਜਾਂ ਕਹੋਗੇ ਕਿ ਉਹ ਕੰਮ ਨਾ ਕਰੇ ਤਾਂ ਫਿਰ ਜਿਹੜੇ ਤਾਮਚਾਮ ਬਣੇ ਨੇ ਹਜ਼ਾਰਾਂ ਲੋਕਾਂ ਦੀਆਂ ਟੀਮਾਂ ਨੇ ਉਹ ਕਿਹੜੇ ਪਾਸੇ ਜਾਣਗੀਆਂ ਆਖਰ ਉਹ ਤਾਂ ਸਵੇਰ ਤੋਂ ਹੀ ਫੈਸਲਾ ਹੋ ਜਾਂਦਾ ਨਾ ਕਿ ਅੱਜ ਕਿਹੜੀ ਟੀਮ ਨੇ ਕਿੱਥੇ ਰਹਿਣਾ ਤੇ ਪੂਰਾ ਦਿਨ ਇਹ ਸਭ ਤੋਂ ਔਖਾ ਕੰਮ ਹੈ ਮੀਡੀਆ ਦਾ ਖਬਰ ਕੱਢਣਾ ਸਭ ਤੋਂ ਔਖਾ ਹੈ ਚੰਗੇ ਭਲੇ ਤੁਹਾਡੇ ਵਰਗੇ ਵੱਡੇ ਚਿਹਰੇ ਆ ਜਦੋਂ ਉਹਨਾਂ ਨੂੰ ਫੀਲਡ 'ਚ ਕੰਮ ਕਰਨਾ ਪੈਂਦਾ ਤੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸ਼ਾਇਦ ਉਹਦਾ ਅੰਦਾਜ਼ਾ ਤੁਸੀਂ ਜਾਣ ਸਕਦੇ ਹੋ ਮੇਰੇ ਨਾਲੋਂ ਵੇ better ਜਾਣ ਸਕਦੇ ਹੋ ਲੇਕਿਨ ਕੁੱਲ ਮਿਲਾ ਕੇ ਜੇ ਇਸ ਸਾਰੀ ਸਥਿਤੀ ਨੂੰ ਤੁਸੀਂ ਨਿਹਾਰਨਾ ਹੋਊਗਾ ਤਾਂ ਇਹ ਸਭ ਤੋਂ ਵੱਡਾ ਸਵਾਲ ਆ ਕਿ ਜੇ ਇਸ ਵੇਲੇ ਤੁਸੀਂ ਸਿੱਧੂ ਨੂੰ ਮਿਲਣ ਦੀ ਗੱਲ ਵੀ ਕਹਿੰਦੇ ਹੋ ਕਿ ਮਿਲ ਕੇ ਮੈਸੇਜ ਦਿੱਤਾ ਗਿਆ ਕਿ ਅਸੀਂ ਉਹਦੇ ਨਾਲ ਆ ਤੇ ਇਹ ਵੀ ਦੂਜੇ ਬੰਨੇ ਆ ਕਿ ਸਿੱਧੂ ਨੂੰ ਲਿਆਉਣ ਲੱਗਿਆ ਵੀ ਇੱਕ ਉਹਦਾ ਪੂਰਾ ਕੈਰੀਅਰ ਸੀ ਸਾਹਮਣੇ ਪਿਆ ਜਦੋਂ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਉਸ ਤੋਂ ਬਾਅਦ ਇੱਕ ਪੂਰੀ ਤਰ੍ਹਾਂ ਉਹ ਚੌਪਟ ਹੋ ਜਾਂਦਾ ਜਿਹੜਾ ਉਹਨਾਂ ਦਾ ਦੇਖੋ ਹਰੇਕ ਬੰਦੇ ਦਾ ਇੱਕ ਰੈਵਨਿਊ ਜਨਰੇਟ ਕਰਨ ਲਈ ਹੁੰਦਾ ਸਿਸਟਮ ਇੱਕ ਇੱਕ ਉਹਨੇ ਆਪਣਾ ਘਰ-ਬਾਰ ਚਲਾਉਣਾ ਹੁੰਦਾ ਉਹ ਸਭ ਕੁਝ ਛੱਡ ਛਿੜਾ ਕੇ ਬਹਿ ਗਿਆ ਉਹਨੂੰ ਕੇਂਦਰ ਵੱਲੋਂ ਨੁਕਸਾਨ ਵੀ ਹੋਇਆ ਟੀਵੀ ਚੈਨਲ ਉਹ ਤੋਂ ਵਿੱਥ ਬਣਾਗੇ ਜਿਹੜੇ ਖਾਸ ਤੌਰ ਤੇ ਜਿਹੜੇ ਆਈਪੀਐਲ ਤੋਂ ਲੈ ਕੇ ਦੂਜੀ ਕਮੈਂਟਰੀ ਸੀਗੀ ਮੈਟਨ ਸਪੋਰਟਸ ਤਾਂ ਜੇ ਬਾਕੀ ਚੈਨਲਾਂ ਦੀ ਗੱਲ ਕਰਾਂ ਉਹਨਾਂ ਨੇ ਇਹ ਤੋਂ ਵਿਥ ਬਣਾ ਲਈ ਹੁਣ ਸਿੱਧੂ ਜੋ ਮਰਜ਼ੀ ਕਹਿੰਦਾ ਫਿਰੇ ਜਦੋਂ ਦੇਸ਼ ਦੀ ਵੱਡੀ ਪਾਵਰਫੁਲ ਧਿਰ ਭਾਜਪਾ ਦੇ ਖਿਲਾਫ ਉਹਨੇ 2019 ਦੇ ਵਿੱਚ ਧੂਆਂ ਧਾਰ ਪ੍ਰਚਾਰ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਸਥਿਤੀ ਬਣੀ ਆ ਸਿੱਧੂ ਨੇ ਨੁਕਸਾਨ ਉਠਾਇਆ ਹੁਣ ਜੇ ਕਾਂਗਰਸ ਦੀ ਹਾਈ ਕਮਾਂਡ ਜਿਹਦੇ ਵਿੱਚ ਸਿਰਫ ਉਹ ਤਿੰਨ ਜੀ ਨੇ ਜਿਹਦੇ ਵਿੱਚ ਉਹ ਪਰਿਵਾਰ ਐ ਪੂਰਾ ਜੇ ਉਹ ਪਰਿਵਾਰ ਇੱਕ ਬੰਦੇ ਨੂੰ ਇਸ ਤਰ੍ਹਾਂ ਵਰਤ ਕੇ ਉਹ ਇੱਕ ਬੰਦੇ ਦਾ ਇੰਨਾ ਜ਼ਿਆਦਾ ਨੁਕਸਾਨ ਹੋਣ ਤੋਂ ਬਾਅਦ ਕਿ ਉਹ 2 ਸਾਲ ਤੱਕ ਘਾਰੀ ਬੈਠਾ ਚਾਰ ਦੀਵਾਰੀ ਚ ਹੀ ਕੈਦਾ ਫਿਰ ਵੀ ਉਹ ਸੁਰਖੀਆਂ ਚ ਜੇ ਉਹਨੂੰ ਨਾ ਸੁਣਦੇ ਤਾਂ ਉਹਦੇ ਤੇ ਹਰਖਾਉਣਾ ਸੀ ਪਰ ਸੁਣਨ ਤੋਂ ਬਾਅਦ ਵੀ ਸਿੱਧੂ ਨੂੰ ਉਹ ਕਿਸ ਤਰੀਕੇ ਨਾਲ ਅਡਜਸਟ ਕਰਨਗੇ ਕਿ ਸਿੱਧੂ ਦਾ ਜਿਹੜਾ ਆਖਰੀ ਟਾਰ ਜਿਹੜਾ ਅਜੰਡਾ ਹੈ ਜਿਵੇਂ ਉਹਨੇ ਸੁਖਵੀਰ ਬਾਦਲ ਨੂੰ ਕੱਲ ਕਿਹਾ ਕਿ ਤੇਰੇ ਤਾਂ ਜਿਹੜੇ ਹੋਟਲ ਤੇ ਬਾਕੀ ਉਹ ਮੈਂ ਮੈਂ ਮਿਸਕਾਈਡਡ ਨਹੀਂ ਹੈ ਮੈਂ ਪੂਰੀ ਇਤਰਾ ਗਾਈਡਡ ਐ ਮੈਨੂੰ ਪਤਾ ਮੈਂ ਕਿੱਥੇ ਜਾ ਕੇ ਬੱਜਣਾ ਸੋ ਜਿਹੜੀ ਉਹਦੀ ਆਪਣੀ ਅਪਰੋਚ ਹੈ ਕਿ ਪੰਜਾਬ ਦੀ ਸੱਤਾ ਚ ਉਹ ਬਾਦਲਕਿਆਂ ਦੇ ਉੱਤੇ ਵਰਦਾ ਹੈ ਬਾਦਲਕਿਆਂ ਦੇ ਖਿਲਾਫ ਲੜਦਾ ਹੈ ਕੈਪਟਨ ਨਾਲ ਵੀ ਉਹਦੀ ਇਹ ਲੜਾਈ ਹੈ ਕਿ ਬਾਦਲ ਕਿਆਂ ਨੂੰ ਸਜ਼ਾ ਕਿਉਂ ਨਹੀਂ ਦਿੰਦੇ ਤੁਸੀਂ ਵੱਖ-ਵੱਖ ਜਿਹੜੇ ਉਹਨਾਂ ਨੇ ਕੰਮ ਕੀਤੇ ਹੁਣ ਉਹ ਕਾਲੀਚ ਹੈ ਉਹ ਉਹਦੀ ਕਾਲੀ ਜਾਇਜ਼ ਆ ਉਹ ਪੰਜਾਬੀਆਂ ਦੇ ਸੁਭਾਅ ਦਾ ਖਾਸ ਹੈ ਉਹ ਕਾਲੀ ਦੇ ਵਿੱਚ ਪੰਜਾਬੀਆਂ ਦਾ ਸਾਰਾ ਤਾਮ-ਚਮ ਸ਼ਾਮਲ ਹੈ ਪਰ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਇਹ ਵੀ ਸੰਕਟ ਆ ਕਿ ਸਿੱਧੂ ਦੀ ਸਾਰੀ ਭਾਵਨਾ ਨੂੰ ਧਿਆਨ ਚ ਰੱਖ ਕੇ ਸਿੱਧੂ ਦੇ ਸੁਭਾਅ ਨੂੰ ਧਿਆਨ ਚ ਰੱਖ ਕੇ ਇੱਥੇ ਕਾਂਗਰਸ ਦਾ ਪਿਛਲੇ 40 ਸਾਲਾਂ ਦਾ ਢਾਂਚਾ ਧਿਆਨ ਚ ਰੱਖ ਕੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਸੁਭਾਅ ਧਿਆਨ ਚ ਰੱਖ ਕੇ ਇਹਨਾਂ ਨੂੰ ਇਕੱਠੇ ਤੋਰੀਏ ਕਿੱਦਾਂ ਗੱਲ ਅੱਗੇ ਵਧੇ ਕਿੱਦਾਂ ਸਭ ਤੋਂ ਜ਼ਿਆਦਾ ਸੰਕਟ ਚ ਉਹੀ ਪਰਿਵਾਰ ਹੋਊਗਾ ਕਿ ਕਿੱਦਾਂ ਐਡਜਸਟ ਕਰੀਏ ਕਿਉਂਕਿ ਮੀਡੀਆ ਨੇ ਹਰ ਤਰ੍ਹਾਂ ਕਹਿਤਾ ਵੀ ਉਹ ਡੈਪਟੀਸੀਅਮ ਦਾ ਅਹੁਦਾ ਲੈਣ ਲਈ ਤਿਆਰ ਨਹੀਂ ਉਹ ਕੋਈ ਵੀ ਹੋਰ ਅਹੁਦਾ ਲੈਣ ਲਈ ਤਿਆਰ ਨਹੀਂ ਉਹ ਕੈਪਟਨ ਅਮਰਿੰਦਰ ਦੇ ਬਰਾਬਰ ਤੇ ਬਹਿਣਾ ਚਾਹੁੰਦਾ ਨਵਜੋਤ ਸਿੰਘ ਸਿੱਧੂ ਲਈ ਵੀ ਔਖਾ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਲਈ ਵੀ ਔਖਾ ਹੋ ਗਿਆ ਤੇ ਸਭ ਤੋਂ ਔਖਾ ਹਾਈ ਕਮਾਂਡ ਲਈ ਹੋ ਗਿਆ ਹੁਣ ਇਹਦੇ ਤੇ ਆਖਰੀ ਟਿੱਪਣੀ ਮੈਂ ਤੁਹਾਡੀ ਲੈਣੀ ਨਹੀਂ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਸਾਰਿਆਂ ਲਈ ਹਾਈ ਕਮਾਂਡ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤਿੰਨ ਪਰਿਵਾਰਾਂ ਦੀ ਉਹ ਤਿੰਨ ਮੈਂਬਰਾਂ ਦਾ ਇੱਕ ਪਰਿਵਾਰ ਆ ਜਿਹਨੂੰ ਆਪਾਂ ਹਾਈ ਕਮਾਂਡ ਕਹਿੰਦੇ ਆ ਔਰ ਤੁਸੀਂ ਦੇਖੋ ਕਿ ਹਜੇ ਵੀ ਜਿਹੜੇ ਸੋਨੀਆ ਗਾਂਧੀ ਨੇ ਉਹ ਇੱਕ ਐਕਟਿੰਗ ਪ੍ਰਧਾਨ ਨੇ ਕਾਂਗਰਸ ਦੇ ਸਥਾਈ ਪ੍ਰਧਾਨ ਨਹੀਂ ਉਹ ਬਣਾਏ ਗਏ ਇਸੇ ਤਰ੍ਹਾਂ ਰਾਹੁਲ ਗਾਂਧੀ ਤਾਂ ਸਿਰਫ ਇੱਕ ਐਮਪੀ ਆ ਤੇ ਪ੍ਰਿੰਕਾ ਗਾਂਧੀ ਜਨਰਲ ਸੈਕਟਰੀ ਵੈਸੇ ਦੇਖਿਆ ਜਾਵੇ ਪ੍ਰਿੰਕਾ ਗਾਂਧੀ ਦਾ ਅਹੁਦਾ ਪਾਰਟੀ ਸੰਗਠਨ ਦੇ ਵਿੱਚ ਜ਼ਿਆਦਾ ਵੱਡਾ ਰਾਹੁਲ ਗਾਂਧੀ ਨਾਲੋਂ ਇਹ ਵੱਖਰੀ ਗੱਲ ਆ ਇੰਨੇ ਦਾ ਮਤਲਬ ਇਹ ਆ ਕਿ ਇਹ ਸਾਰੇ ਇਸ ਟਾਈਮ ਕੜਿੱਕੀ ਚ ਫਸਿਆ ਨਵਜੋਤ ਸਿੰਘ ਸਿੱਧੂ ਦਾ ਆਪਣਾ ਪੋਲੀਟਿਕਲ ਕੈਰੀਅਰ ਜਿਹੜਾ ਦਾਤੇ ਆ ਔਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੀ ਇਨਿੰਗ ਸਾਰੀ ਖੇਡ ਚੁੱਕੇ ਆ ਔਰ ਇਹ ਗੱਲ ਉਹਨਾਂ ਨੂੰ ਸੰਨ 2017 ਚ ਵੀ ਪਤਾ ਸੀ ਕਿ ਮੇਰਾ ਇਹ ਆਖਰੀ ਮੌਕਾ ਟੀ ਮੈਂ ਮੁੱਖ ਮੰਤਰੀ ਬਣ ਜਾ ਕਮ ਸੇ ਕਮ ਮੈਂ ਆਪਣਾ ਜਿਹੜਾ ਕੈਰੀਅਰ ਆ ਪੋਲੀਟਿਕਲ ਕੈਰੀਅਰ ਆ ਉਹ ਐਜ਼ ਚੀਫ ਮਿਨਿਸਟਰ ਬਤੌਰ ਚੀਫ ਮਿਨਿਸਟਰ ਖਤਮ ਕਰਾਂ ਉਹਨਾਂ ਦੀ ਉਹ ਇੱਛਾ ਪੂਰੀ ਹੋ ਚੁੱਕੀ ਆ ਅੱਗੇ ਦੇਖਣਾ ਹੈਗਾ ਕਾਂਗਰਸ ਨੇ ਕਿ ਕਾਂਗਰਸ ਦਾ ਜਿਹੜਾ ਭਵਿਖਾ ਉਹ ਕਿਸ ਤਰ੍ਹਾਂ ਕਾਂਗਰਸ ਜੇ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਤੇ ਹੀ ਦਾਅ ਲਾਉਂਦੀ ਰਹੇਗੀ ਤੇ ਆਉਣ ਵਾਲਾ ਭਵਿਖ ਕਾਂਗਰਸ ਦਾ ਜਿਹੜੀ ਉਹਨਾਂ ਨਾਲ ਕੁਝ ਲੋਕ ਜੁੜੇ ਆ ਆ ਕੇ ਬਾਹਰੋਂ ਉਹ ਵੱਖਰੇ ਵੱਖਰੇ ਕਿਸੇ ਹੋਰ ਪਾਰਟੀਆਂ ਦੇ ਵਿੱਚ ਜਾਂ ਕਿਸੇ ਹੋਰ ਗਰੁੱਪਾਂ ਦੇ ਵਿੱਚ ਵੰਡ ਕੇ ਚਲੇ ਜਾਣਗੇ ਸੋ ਇਨਾਂ ਸਾਰੀਆਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਦੂਸਰੇ ਪਾਸੇ ਇਸ ਇਸ ਮੁੱਦੇ ਦਾ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਜੋ ਆਪਸ ਦੇ ਵਿੱਚ ਟਕਰਾਅ ਚੱਲ ਰਿਹਾ ਇਸ ਦਾ ਦੂਸਰੇ ਰਾਜਾਂ ਤੇ ਦੂਸਰੇ ਸੂਬੇ ਤਾਂ ਫਿਰ ਤੇ ਫਰਕ ਨਾ ਪਵੇ ਇਸ ਦਾ ਵੀ ਕਾਂਗਰਸ ਨੇ ਧਿਆਨ ਰੱਖਣਾ ਸੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਾਰਾਜ਼ ਨਹੀਂ ਕਰਨਾ ਸਿੱਧੂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਨਾਰਾਜ਼ ਨਹੀਂ ਕਰਨਾ ਤੇ ਬਾਕੀ ਧੜੈਨ ਨੂੰ ਵੀ ਨਾਰਾਜ਼ ਨਹੀਂ ਕਰਨਾ ਇਹ ਸਾਰਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਬੈਲੈਂਸ ਰੱਖ ਕੇ ਹਾਈ ਕਮਾਂਡ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਲਾਊਗੀ ਇਹ ਆਪਾਂ ਨੂੰ ਸਾਰਿਆਂ ਨੂੰ ਦੇਖਣਾ ਪਊਗਾ ਤੇ ਉਸ ਲਈ ਆਪਾਂ ਨੂੰ ਵੇਟ ਵੀ ਕਰਨੀ ਪਊਗੀ ਆ ਮਨਪ੍ਰੀਤ ਜੀ ਅਸੀਂ ਜਦੋਂ ਕਿਸਾਨੀ ਨੂੰ ਪਕੜਦੇ ਆ ਜਾਂ ਉਹਨਾਂ ਦੀ ਗੱਲ ਕਰਦੇ ਆ ਤਾਂ ਪਿਛਲੇ ਲਗਭਗ 1 ਸਾਲ ਤੋਂ ਜਿਹਦੇ ਵਿੱਚ ਦਿੱਲੀ ਤੋਂ ਪਹਿਲਾਂ ਦਾ ਜਿਹੜਾ ਪੀਰੀਅਡ ਆ ਪੰਜਾਬ ਵਾਲਾ ਉਹ ਵੀ ਰੇਲ ਧਰਨਿਆਂ ਤੋਂ ਲੈ ਕੇ ਹਰ ਜਗ੍ਹਾ ਦੇ ਉੱਤੇ ਕਿਸਾਨਾਂ ਨੇ ਬਹੁਤ ਲੰਬਾ ਸਮਾਂ ਬਤਾਇਆ ਦਿੱਲੀ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਹਾਲਾਤ ਕੋਈ ਸਾਜਗਰ ਨਹੀਂ ਸੀ ਕਿਸਾਨ ਲੀਡਰ ਤੇ ਕਿਸਾਨਾਂ ਦੇ ਜਿਹੜੇ ਵਰਕਰ ਆ ਉਹ ਦੇਰ ਤੋਂ ਘਰਾਂ ਤੋਂ ਨਿਕਲੇ ਹੋਇਆ ਮੁੰਨ ਦਾ ਕੋਸ ਬੱਬ ਨਹੀਂ ਬਣਿਆ ਅੱਜ ਵੀ ਖੱਟੜ ਦਾ ਬਿਆਨ ਸੀਗਾ ਇਹ ਵਾਪਸ ਨਹੀਂ ਹੋਣੇ ਬਿੱਲ ਜਿਹੜੀ ਭਾਜਪਾ ਦੀ ਗਵਰਨਮੈਂਟ ਦਾ ਉਹ ਮੈਂ ਨਾ ਮੰਨੂ ਵਰਗਾ ਰਵੱਈਆ ਰੱਖਦੀ ਹੈ ਪਰ ਜਿਹੜਾ ਹੁਣ ਨਵਾਂ ਚਲਨ ਸ਼ੁਰੂ ਹੋਇਆ ਜਿੱਦੇ ਵਿੱਚ ਗਾਜ਼ੀਪੁਰ ਬਾਰਡਰ ਦੇ ਉੱਤੇ ਜਾ ਕੇ ਭਾਜਪਾ ਦੇ ਵਰਕਰ ਕਹੇ ਜਾ ਰਹੇ ਆ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ ਅਖਬਾਰਾਂ ਹੀ ਕਹਿ ਰਹੀਆਂ ਕਿ ਭਾਜਪਾ ਦੇ ਵਰਕਰਾਂ ਨੇ ਜਾ ਕੇ ਹਮਲਾ ਬੋਲਿਆ ਕੁਝ ਕਿਸਾਨ ਜ਼ਖਮੀ ਹੋਏ ਜਿਹੜੀ ਇਹ ਨਵੀਂ ਨਵਾਂ ਤਰੀਕਾ ਕਰਾ ਗਵਰਨਮੈਂਟ ਇੱਕ ਨਵੇਂ ਚਿਹਰੇ ਨਾਲ ਪੇਸ਼ ਹੋ ਰਹੀ ਹੈ ਤੇ ਕਿਸਾਨ ਆਗੂਆਂ ਨੂੰ ਇੱਕ ਨਵੇਂ ਤਰ੍ਹਾਂ ਦਾ ਥ੍ਰੈਟ ਪੈਦਾ ਹੋ ਗਿਆ ਇਹ ਅੰਦੋਲਨ ਲਈ ਕਿਸ ਤਰ੍ਹਾਂ ਦੀ ਹਾਲਾਤ ਬਣ ਰਹੀ ਹੈ ਇਹਦੇ ਲਈ ਇਹਨੂੰ ਸਿੱਝਿਆ ਕਿਵੇਂ ਜਾਊਗਾ ਕਿ ਇਹਦੇ ਲਈ ਇੱਕ ਵਾਰੀ ਫਿਰ ਲੋਕ ਘਰਾਂ ਤੋਂ ਨਿਕਲਣ ਕੇ ਦਿੱਲੀ ਵੱਲ ਨੂੰ ਭੱਜਣਗੇ ਕਿਉਂਕਿ ਯੂਪੀ ਤੋਂ ਵੀ ਬਹੁਤ ਸਮਰਥਨ ਮਿਲਿਆ ਹਰਿਆਣਾ ਤੋਂ ਬਹੁਤ ਜ਼ਿਆਦਾ ਮਿਲਿਆ ਪੰਜਾਬ ਵਾਲੇ ਵੀ ਮੈਨੂੰ ਲੱਗਦਾ ਕਦੇ-ਕਦੇ ਤਾਂ ਉਡਾਰ ਜਿਹੜੀ ਸੀ ਨਾ ਕਦੇ-ਕਦੇ ਉਹ ਲਾਈਨ ਨਹੀਂ ਸੀ ਟੁੱਟਦੀ ਹੁੰਦੀ ਟਰਾਲੀਆਂ ਦੀ ਤੇ ਖਾਸ ਤੌਰ ਤੇ ਕਾਰਾਂ ਦੀ ਉਦੋਂ ਕੋਵਿਡ ਦੇ ਦਿਨ ਸੀਗੇ ਆਮ ਟ੍ਰੈਫਿਕ ਬੰਦ ਸੀ ਲੇਕਿਨ ਦਿੱਲੀ ਨੂੰ ਜਾਂਦੇ ਰਾਵਾਂ ਤੇ ਮੇਲਾ ਲੱਗਿਆ ਹੋਇਆ ਸੀ ਆਪਣੇ ਲੋਕਾਂ ਦਾ ਲੰਗਰਾਂ ਤੋਂ ਲੈ ਕੇ ਕਾਰਾਂ ਦੇ ਕਾਫਲੇ ਤੇ ਟਰਾਲੀਆਂ ਦੇ ਕਾਫਲੇ ਕੀ ਗਵਰਨਮੈਂਟ ਗਲਤ ਦਿਸ਼ਾ ਨੂੰ ਵੱਧ ਰਹੀ ਹੈ ਇੱਕ ਵਾਰੀ ਫਿਰ ਦਿੱਲੀ ਦੇ ਵਿੱਚ ਜਮ ਕਟਾ ਲੱਗ ਸਕਦਾ ਕਿਉਂਕਿ ਕਿਸਾਨ ਸੰਗਠਨ ਨੇ ਤੇ ਇਹਨਾਂ ਦੇ ਨਾਲ ਜੁੜੇ ਲੋਕ ਜਿਹੜੇ ਆ ਉਹ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ ਕਰਨਗੇ ਟਕਰਾਵ ਵੱਲ ਵੱਧ ਰਹੇ ਆ ਸੀ ਦੇਖੋ ਇਦਾਂ ਲੱਗਦਾ ਕਿ ਜਿਹੜੇ ਜਿਹੜੀ ਸਰਕਾਰ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਕਿਸਾਨਾਂ ਨੂੰ ਓਕਾ ਦੇਣਾ ਚਾਹੁੰਦੀ ਸੀ ਥਕਾ ਦੇਣਾ ਚਾਹੁੰਦੀ ਸੀ ਉਹ ਆਪ ਕਿਤੇ ਅੱਕ ਜਾਂ ਥੱਕ ਗਈ ਹੈ ਉਹਨਾਂ ਦੇ ਪੇਸ਼ੈਂਸ ਇਦਾਂ ਲੱਗਦਾ ਜਿਵੇਂ ਗੱਲ ਤਾਂ ਹੋਣੀ ਚਾਹੀਦੀ ਸੀ ਕਿਸਾਨਾਂ ਦੀ ਜਿਹੜੇ 7 ਮਹੀਨਿਆਂ ਤੋਂ ਉੱਥੇ ਵੱਧ ਬੈਠੇ ਨੇ ਔਰ ਇਸ ਦੌਰਾਨ ਤੁਸੀਂ ਦੇਖੋ 27 ਜੂਨ ਤੱਕ 526 ਕਿਸਾਨਾਂ ਦੀ ਮੌਤ ਹੋ ਗਈ ਹੈ ਵੱਖਰੇ ਵੱਖਰੇ ਕਾਰਨਾ ਕਰਕੇ ਯਾਨੀ ਕਿ 526 ਪਰਿਵਾਰਾਂ ਦੇ ਵਿੱਚ ਇੱਕ ਤਰਾਸਦੀ ਹੋਈ ਹੈ ਇੱਕ ਟ੍ਰੈਜੇਡੀ ਹੋਈ ਹੈ ਉਸ ਬਾਰੇ ਕਦੇ ਕਿਸੇ ਨੇ ਇੱਕ ਸ਼ਬਦ ਨਹੀਂ ਬੋਲਿਆ ਜਿਸ ਤੱਕ ਤੁਸੀਂ ਕੱਲ ਦੀ ਘਟਨਾ ਦੀ ਗੱਲ ਕਰਦੇ ਹੋ ਗਾਜ਼ੀਪੁਰ ਬਾਰਡਰ ਤੇ ਹੋਈ ਆ ਜੋ ਸੂਚਨਾਵਾਂ ਆ ਰਹੀਆਂ ਨੇ ਜੋ ਪੁਲਿਸ ਕਹਿ ਰਹੀ ਹੈ ਜੋ ਆਸ-ਪਾਸੇ ਜੋ ਹੋਰ ਖਬਰਾਂ ਆ ਰਹੀਆਂ ਨੇ ਜਾਂ ਖਬਰਾਂ ਦੀਆਂ ਸਰਕੀਆਂ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਟੀਵੀ ਚੈਨਲਸ ਦੇਖੋ ਉੱਥੇ ਕੁਝ ਲੋਕ ਆਉਂਦੇ ਨੇ ਗਾਜ਼ੀਪੁਰ ਬਾਰਡਰ ਤੇ ਜਿੱਥੇ ਬਹੁਤ ਦਿਨਾਂ ਤੋਂ ਛਤ ਮਹੀਨੇ ਤੋਂ ਉੱਪਰ ਜਿਹੜੇ ਕਿਸਾਨਾਂ ਨੇ ਉਸ ਜਗ੍ਹਾ ਤੇ ਧੰਨੇ ਲਾਏ ਹੋਏ ਆ ਰੋਸ ਮੂਜ਼ਾਰੇ ਉੱਥੇ ਚੱਲ ਰਹੇ ਆ ਉੱਥੇ ਆ ਕੇ ਆਪਣੇ ਇੱਕ ਲੋਕਲ ਲੀਡਰ ਨੂੰ ਉਹ ਸਨਮਾਨਿਤ ਕਰਨਾ ਚਾਹੁੰਦੇ ਆ ਲਗਭਗ 50 ਮੀਟਰ ਦੀ ਦੂਰੀ ਤੇ ਪਹਿਲੀ ਗੱਲ ਤਾਂ ਪੁਲਿਸ ਨੇ ਇਹ ਜਿਹੜੀ ਇਜਾਜ਼ਤ ਦਿੱਤੀ ਉੱਥੇ ਉਹਨਾਂ ਨੂੰ ਇੱਕ ਸਮਾਗਮ ਕਰਨ ਦੀ ਇਸ ਉੱਤੇ ਹੀ ਪ੍ਰਸ਼ਨ ਖੜੇ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਟਕਰਾਅ ਹੋਊਗਾ ਔਰ ਖਾਸ ਤੌਰ ਤੇ ਜਦੋਂ ਭਾਜਪਾ ਦੇ ਜਾਂ ਆਰਐਸਐਸ ਦੇ ਵਰਕਰ ਉਹਦੇ ਵਿੱਚ ਸ਼ਾਮਲ ਆ ਉਹਦੇ ਨਾਲ ਟਕਰਾਅ ਹੋਣਾ ਸੁਭਾਵਿਕ ਆ ਉਸ ਤੋਂ ਬਾਅਦ ਉਹ ਨਾਰੇ ਲਾਉਣ ਲੱਗ ਜਾਂਦੇ ਨੇ ਨਾਰੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਇੱਥੇ ਭੱਜੋ ਤੁਸੀਂ ਗद्दार ਹੋ ਇਸ ਤਰ੍ਹਾਂ ਦੇ ਨਾਰੇ ਉੱਥੇ ਲੱਗਦੇ ਨੇ ਇਹ ਗੱਲ ਸੁਭਾਵਿਕ ਹੈ ਕਿ ਇਸੇ ਨਾਲ ਪ੍ਰੋਵੋਕੇਸ਼ਨ ਹੁੰਦੀ ਹੈ ਕਿਉਂਕਿ ਕਿਸਾਨਾਂ ਨੇ ਵੀ ਜਿਹੜੇ ਉੱਥੇ ਸੀ ਉਹਨਾਂ ਨੇ ਕਾਲੀਆਂ ਝੰਡੀਆਂ ਦਿਖਾਉਣੀਆਂ ਸ਼ੁਰੂ ਕੀਤੀਆਂ ਔਰ ਉਸ ਤੋਂ ਬਾਅਦ ਮਾਹੌਲ ਜਿਹੜਾ ਹੈ ਇੰਨਾ ਪੱਕ ਗਿਆ ਇੰਨਾ ਗਰਮ ਹੋ ਗਿਆ ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਵੀ ਉਹ ਆਪਸ ਦੇ ਵਿੱਚ ਡਾਂਗੋ ਟਾਂਗੀ ਹੋ ਗਏ ਜਿਹਦੇ ਵਿੱਚ ਪੰਜ ਜਿਹੜੇ ਕਿਸਾਨ ਸੀ ਉਹ ਜ਼ਖਮੀ ਵੀ ਹੋਏ ਆ ਔਰ ਇਸੇ ਤਰ੍ਹਾਂ ਇੱਕ ਦੂਸਰੇ ਦੇ ਖਿਲਾਫ ਜਾ ਕੇ ਦੋਨਾਂ ਧਿਰਾਂ ਨੇ ਕੇਸ ਦਰਜ ਕਰਾਏ ਆ ਤੁਸੀਂ ਯਾਦ ਕਰੋ ਮੈਂ ਤੁਹਾਨੂੰ ਇਹ ਨਾਵਾ ਹੀ ਯਾਦ ਕਰਾਉਣਾ ਚਾਹੁੰਦਾ ਜਦੋਂ 26 ਜਨਵਰੀ ਨੂੰ ਟਰੈਕਟਰ ਪਲੇਟ ਸੀ ਲਾਲ ਕਿਲੇ ਤੇ ਜਦੋਂ ਜਾ ਕੇ ਝੰਡਾ ਲਹਿਰਾਇਆ ਜਾਂਦਾ ਉਸ ਟਾਈਮ ਕਿੰਨਾ ਜਿਹੜਾ ਵਿਵਾਦ ਸੀ ਵੱਧ ਗਿਆ ਸੀ ਗਾਜ਼ੀਪੁਰ ਬਾਰਡਰ ਤੇ ਇੱਕ ਤਰ੍ਹਾਂ ਦਾ ਪੁਲਿਸ ਖਾਲੀ ਕਰਾਉਣ ਆ ਗਈ ਸੀ ਤੇ ਅਗਲੇ ਦਿਨ ਸਿੰਘੂ ਬਾਰਡਰ ਤੇ ਇਹ ਖਬਰਾਂ ਫਿਰ ਮੀਡੀਆ ਨੇ ਬ੍ਰੇਕ ਕੀਤੀ ਆ ਕੁਝ ਲੋਕ ਆਏ ਸੀ ਉਹਨਾਂ ਨੇ ਵੀ ਵੱਟੇ ਮਾਰ ਕੇ ਉੱਥੇ ਲੋਕਾਂ ਨੂੰ ਉਠਾਉਣਾ ਚਾਹਿਆ ਔਰ ਆਪਸ ਦੇ ਵਿੱਚ ਜੋ ਟਕਰਾਅ ਪੈਦਾ ਹੋ ਗਿਆ ਤੇ ਬਾਅਦ ਚ ਪਤਾ ਲੱਗਾ ਉਹ ਸਾਰੇ ਭਾਜਪਾ ਦੇ ਵਰਕਰ ਸੀ بار بار ਜਿਹੜੇ ਇਹ ਲੈਵਲ ਦੇ ਔਰ ਇਵਨ ਕੀ ਉੱਥੋਂ ਦਾ ਇੱਕ ਲੋਕਲ ਐਮ ਐਲ ਏ ਵੀ ਸ਼ਾਮਿਲ ਸੀ ਸੋ ਕਹਿਣ ਦਾ ਮਤਲਬ ਆ ਕਿ بار بار ਪਰ 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 ਮਨਪ੍ਰੀਤ ਜਿਹੜਾ ਉੱਥੇ ਮੁੜ ਕੇ ਉਹਦੇ ਰਿਐਕਸ਼ਨ ਦੇ ਵਿੱਚ ਯੂਪੀ ਤੋਂ ਬਹੀਰਾ ਘੱਟ ਕੇ ਲੋਕ ਤਕੈਤ ਦੇ ਮਗਰ ਖਲੋਗੇ ਸ਼ਾਇਦ ਉਹਨੂੰ ਗਵਰਨਮੈਂਟ ਭੁੱਲ ਗਈ ਕਿ ਇੱਕ ਛੋਟੀ ਜੀ ਜਿਹੜੀ ਕੋਸ਼ਿਸ਼ ਸੀਗੀ ਕਿ ਰਾਤ ਨੂੰ ਭਾਜਪਾ ਦੇ ਜਾਂ ਬਾਕੀ ਗੁੰਡੇ ਆ ਕੇ ਇਹਨਾਂ ਨੂੰ ਉਠਾ ਦੇਣ ਤੇ ਉਹ ਉਹਦੇ ਅਥਰੂ ਤੋਂ ਨਿਕਲੇ ਸੀਗੇ ਤਕੈਤ ਦੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸਮਰਥਨ ਮਿਲਿਆ ਸੀ ਜਨ ਸਮਰਥਨ ਤੇ ਉਹਨੇ ਇੱਕ ਵਾਰੀ ਇਹ ਅੰਦੋਲਨ ਖੜਾ ਕਰਤਾ ਜਿਹੜਾ ਅੰਦੋਲਨ ਸਿਰਫ ਪੱਗਾਂ ਵਾਲਿਆਂ ਦਾ ਪੰਜਾਬ ਤਾਂ ਲੱਗਦਾ ਸੀ ਉਹ ਇੱਕਦਮ ਪੂਰੇ ਦੇਸ਼ ਦਾ ਅੰਦੋਲਨ ਬਣ ਗਿਆ ਸੋ ਮੈਨੂੰ ਲੱਗਦਾ ਕਿ ਇੱਕ ਵਾਰੀ ਫਿਰ ਸਰਕਾਰ ਗਲਤੀ ਕਰ ਰਹੀ ਵਜਾਏ ਇਹਦੇ ਕਿ ਇਹਨਾਂ ਨੂੰ ਮਨਾਵੇ ਇਹਨਾਂ ਨਾਲ ਗੱਲ ਕਰੇ ਇਹਨਾਂ ਦੇ ਮੰਗਾ ਮੰਨੇ ਤੇ ਇਹ ਤਰੀਕਾ ਤਾਂ ਮੈਨੂੰ ਲੱਗਦਾ ਗਲਤੀ ਹੈ ਜੀ ਇਹਦੇ 'ਚ ਕੋਈ ਰੰਦਾਵਾ ਜੀ ਦੋ رائے ਨਹੀਂ ਹੈ ਤੁਸੀਂ ਦੇਖੋ ਸੋਮ ਪ੍ਰਕਾਸ਼ ਆਪਣੇ ਪੰਜਾਬ ਤੋਂ ਹੁਸ਼ਿਆਰਪੁਰ ਦੇ ਐਮਪੀ ਨੇ ਤੇ ਕੇਂਦਰ ਦੇ ਵਿੱਚ ਮੰਤਰੀ ਹੈ ਤੇ ਔਰ ਜਿੰਨੇ 11 ਗੇਂਡ ਦੀ ਗੱਲਬਾਤ ਹੋਈ ਆ ਉਹ ਹਮੇਸ਼ਾ ਨਾਲ ਖੜੇ ਆ ਉਹਨਾਂ ਦਾ ਪਿਛਲੇ ਦਿਨਾਂ ਬਿਆਨ ਆਉਂਦਾ ਕਿ ਅਸੀਂ ਬਿਨਾਂ ਸ਼ਰਤ ਗੱਲ ਕਰਨ ਲਈ ਤਿਆਰ ਆ। ਫਿਰ ਨਰਿੰਦਰ ਸਿੰਘ ਤੋਮਰ ਆ ਜਿਹੜੇ ਖੇਤੀਬਾੜੀ ਉਹਨਾਂ ਦਾ ਬਿਆਨ ਆਉਂਦਾ ਕਿ ਹਾਂਜੀ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਪਰ ਅਸੀਂ ਕੁਝ ਸ਼ਰਤਾਂ ਨਾਲ ਗੱਲਬਾਤ ਕਰਾਂਗੇ। ਸੋ ਸਾਰੇ ਪਾਸਿਓ ਬਿਆਨ ਆਉਂਦੇ ਤੇ ਹੁਣ ਤੁਸੀਂ ਮਨੋਰ ਲਾਲ ਖੱਤਰ ਉਹਨਾਂ ਦੀ ਗੱਲ ਕੀਤੀ ਮੁੱਖ ਮੰਤਰੀ ਨੇ ਹਰਿਆਣੇ ਦੀ ਉਹਨਾਂ ਦਾ ਬਿਆਨ ਆਉਂਦਾ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਆਉਣਗੇ। ਇਹ ਇੱਕ ਸੰਗਠਿਤ ਪਾਰਟੀ ਆ ਭਾਜਪਾ ਦੀ ਆਪਾਂ ਗੱਲ ਕਰਦੇ ਹਾਂ ਕਿਸਾਨ ਜਿਹੜੇ ਆ ਉਹ ਹੋ ਸਕਦਾ ਸੰਗਠਿਤ ਇਹਨੇ ਨਾ ਹੋਣ। ਆਰਗੇਨਾਈਜ਼ ਨਾ ਹੋਣ ਤੇ ਲੇਕਿਨ ਬੀਜੇਪੀ ਹੈ ਜਿਹੜੇ ਆਪਣੇ ਆਪ ਨੂੰ ਇਸ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਿੰਦੀ ਆ 18 ਕਰੋੜ ਦੀ ਜਿਹੜੇ ਕਹਿੰਦੇ ਆ ਕਿ ਸਾਡੀ ਮੈਂਬਰਸ਼ਿਪ ਆ ਜਦੋਂ ਉਹਨਾਂ ਦੇ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਵੱਖਰੀਆਂ ਵੱਖਰੀਆਂ ਸੁਰਾਂ 'ਚ ਬੋਲਦੇ ਨੇ ਵੱਖਰੇ ਵੱਖਰੇ ਬਿਆਨ ਦਿੰਦੇ ਨੇ ਤੇ ਸਾਨੂੰ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਜਾਂ ਕੇਂਦਰੀ ਸਰਕਾਰ ਸੰਜੀਦਾ ਨਹੀਂ ਆ ਉਹ ਸੀਰੀਅਸਲੀ ਹੁਣ ਤੁਸੀਂ ਦੇਖੋ ਜਦੋਂ ਕਹਿੰਦੇ ਆ ਕਿ ਆਜੋ ਸਾਡੇ ਨਾਲ ਗੱਲਬਾਤ ਕੀ ਉਹਨਾਂ ਨੂੰ ਕਦੇ ਕੋਈ ਚਿੱਠੀ ਪੱਤਰ ਭੇਜਿਆ ਕੋਈ ਜਗ੍ਹਾ ਮਿੱਥੀ ਆ ਕੋਈ ਟਾਈਮ ਮਿੱਥਿਆ ਕਿ ਆਪਾਂ ਇੱਥੇ ਆ ਕੇ ਗੱਲ ਕਰ ਲਈਏ ਸਿਰਫ ਬਿਆਨ ਦਾਗਦੇ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ ਇਹ ਗੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਠੀਕ ਕਹੀ ਗਈ ਆ ਕਿ ਇਹ ਡਰਾਮਾ ਜਾਦਾ ਇਹਦੇ ਪਿੱਛੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਸੰਜੀਦਗੀ ਨਹੀਂ ਆ ਜਾਂ ਕਿਸਾਨਾਂ ਦੇ ਹਿੱਤ ਜਾਂ ਇਸਹਾਤੀ ਹਿਤਾਸ਼ੀ ਹੋਣ ਦਾ ਜੋ ਇਹ ਡਰਾਮਾ ਰਚਿਆ ਜਾ ਰਿਹਾ ਉਹ ਬਿਲਕੁਲ ਝੂਠਾ ਇਹ ਸੱਚ ਹੈ ਕਿ ਪਿੱਛੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਪੱਤਰ ਵੀ ਲਿਖਿਆ ਸੀ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ 'ਚ ਫ੍ਰਿਕਸ਼ਨ ਦੀ ਵੀ ਗੱਲ ਆਈ ਇੱਕ ਦੀਪ ਸਿੰਘ ਵਾਲਾ ਨੂੰ ਕੁਝ ਸਮੇਂ ਲਈ ਸਸਪੈਂਡ ਵੀ ਕੀਤਾ ਗਿਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਭਾਵੇਂ ਉਹ ਖਬਰ ਜਨਤਕ ਨਹੀਂ ਸੀ ਬਹੁਤੀ ਹੋਈ ਲੇਕਿਨ ਇਹ ਪਤਾ ਲੱਗਿਆ ਸੀ ਕਿ ਅੰਦਰ ਕੁਝ ਠੀਕ ਨਹੀਂ ਰਿਹਾ ਲੇਕਿਨ ਉਹਦੇ ਇਵਿਜ ਵਿੱਚ ਜਦੋਂ ਤੁਮਰੇ ਕਹਿੰਦੇ ਆ ਕਿ ਬਿੱਲ ਵਾਪਸ ਲੈਣ ਤੋਂ ਇਲਾਵਾ ਅਸੀਂ ਕਿਸੇ ਵੀ ਗੱਲ ਤੇ ਤਿਆਰਾਂ ਤੇ ਉਹ ਗੱਲ ਬਹੁਤ ਗਲਤ ਦਿਸ਼ਾ ਚ ਜਾਂਦੀ ਆ ਕਿਸਾਨਾਂ ਨੂੰ ਇੱਕ ਵਾਰੀ ਫਿਰ ਆਪਣੀ ਗੱਲ ਅੱਗੇ ਵਧਾਉਣ ਲਈ ਸੰਗਠਿਤ ਹੋਣਾ ਪੈਂਦਾ ਹਾਲਾਂਕਿ ਕਿਸਾਨ ਸ਼ਾਇਦ ਮੰਨਣ ਲਈ ਤਿਆਰ ਸੀ ਕਿ ਗੱਲ ਵੱਧ ਜੇ ਲੇਕਿਨ ਜਿਹੜੀ ਜ਼ੋਰਾ ਸਿੰਘ ਮਾਨਤੀ ਪ੍ਰੈਸ ਕਾਨਫਰੰਸ ਹੈ ਇਹਦਾ ਸੰਦਰਭ ਕੀ ਹੈ ਮੈਂ ਬਹੁਤ ਅਸੀਂ ਲੰਬਾ ਨਹੀਂ ਜਾਵਾਂਗੇ ਹੁਣ ਕਿਉਂਕਿ ਸਮਾਂ ਕਾਫੀ ਹੋ ਗਿਆ ਜੋਰਾ ਸਿੰਘ ਮਾਨ ਸਭ ਤੋਂ ਪਹਿਲੇ ਕਮਿਸ਼ਨ ਨੂੰ ਹੈਡ ਕਰਦੇ ਸੀਗੇ ਔਰ ਉਸ ਤੋਂ ਬਾਅਦ ਉਹ ਰਿਪੋਰਟ ਵੀ ਸਬਮਿਟ ਕਰ ਦਿੰਦੇ ਆ ਉਹ ਰਿਪੋਰਟ ਤਾਂ ਬਹੁਤਾ ਕੁਝ ਬਣਿਆ ਨਹੀਂ ਸੀ ਘੱਟੇਕੌਡੀਆਂ ਚ ਰੁਲ ਗਈ ਸੀ ਹੁਣ ਉਹ ਇੱਕ ਵਾਰੀ ਫਿਰ ਆ ਕੇ ਸਾਹਮਣੇ ਉਹ ਕੁਝ ਗੱਲਾਂ ਕਹਿ ਰਿਹਾ ਉਹਨਾਂ ਚ ਕਿੰਨਾ ਵਜ਼ਨ ਹੈ ਕਿਉਂਕਿ ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਦਾ ਇੱਕ ਕਾਠ ਜੋ ਵੀ ਪਬਲਿਕ ਕਮਿਸ਼ਨ ਦੇ ਵਿੱਚ ਆਉਂਦੇ ਆ ਦੋ ਐਸਆਈਟੀ ਨਹੀਂ ਰਾਦਰ ਚਾਰ ਐਸਆਈਟੀ ਵਰਕ ਕਰ ਰਹੀਆਂ ਨੇ ਇੱਕ ਇੱਕ ਬਾਾਰ ਹੋ ਗਈ ਤਿੰਨ ਹੁਣ ਇਸ ਵੇਲੇ ਕਰ ਰਹੀਆਂ ਨੇ ਦੇਤ ਵੀ ਮਾਮਲਿਆਂ ਦੇ ਵਿੱਚ ਅਜੇ ਕੋਈ ਸਿਰਾ ਨਹੀਂ ਲੱਗਦਾ ਜ਼ੋਰਾ ਸਿੰਘ ਮਾਲਕੀ ਕਹਿ ਰਹੇ ਆ ਦੱਸਿਓ ਜਰਾ ਜ਼ੋਰਾ ਸਿੰਘ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਨੂੰ ਪਤਾ ਅੱਜ ਕੱਲ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਨੇ ਔਰ ਜ਼ੋਰਾ ਸਿੰਘ ਨੇ ਇੱਕ ਬੜੀ ਗੱਲ ਸਪਸ਼ਟ ਕਹੀ ਹੈ ਕਿ ਸਭ ਤੋਂ ਪਹਿਲਾ ਕਮਿਸ਼ਨ ਬਿਲਕੁਲ ਤੁਸੀਂ ਠੀਕ ਕਹਿ ਰਹੇਂਦਾਵਾ ਜੀ ਪਹਿਲਾ ਕਮਿਸ਼ਨ ਔਰ ਉਹ ਉਸ ਟਾਈਮ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਸੇ ਵੇਲੇ ਬਣਾ ਦਿੱਤਾ ਗਿਆ ਸੀ ਰਿਪੋਰਟ ਸਮਿਟ ਹੁੰਦੀ ਆ ਨਾ ਤਾਂ ਉਹ ਰਿਪੋਰਟ ਐਕਸੈਪਟ ਕੀਤੀ ਜਾਂਦੀ ਹੈ ਨਾ ਹੀ ਰਿਜੈਕਟ ਕੀਤੀ ਜਾਂਦੀ ਆ ਨਾ ਉਸਤੇ ਕਿਸੇ ਤਰ੍ਹਾਂ ਦਾ ਕੋਈ ਚਾਨਣਾ ਪਾਇਆ ਜਾਂਦਾ ਲੋਕਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਕਿ ਉਹਨਾਂ ਨੇ ਰਿਪੋਰਟ ਦੇ ਵਿੱਚ ਕੀ ਕਿਹਾ ਅੱਜ ਜਿਹੜੇ ਉਹਨਾਂ ਨੇ ਕੱਲ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਇਹੀ ਇਲਜ਼ਾਮ ਲਾਏ ਨੇ ਜੋਰਾ ਸਿੰਘ ਨੇ ਕਿ ਤੁਸੀਂ ਘੱਟੋ ਘੱਟ ਦੱਸੋ ਤਾਂ ਸਹੀ ਲੋਕਾਂ ਨੂੰ ਕਿ ਉਸ ਦੇ ਵਿੱਚ ਕੀ ਹੈ ਕਿਉਂਕਿ ਉਹਨਾਂ ਦੇ ਕਹਿਣ ਦੇ ਮੁਤਾਬਿਕ ਉਹਨਾਂ ਨੇ ਬਹੁਤ ਅਹਿਮ ਤੇ ਬਹੁਤ ਇਸ ਤਰ੍ਹਾਂ ਦੇ ਜਿਹੜੇ ਉਹਦੇ ਵਿੱਚ ਰੈਵਿਲੇਸ਼ਨਸ ਜਾਂ ਇਨਕਸ਼ਾਫ ਕੀਤੇ ਨੇ ਜਿਹੜੇ ਲੋਕਾਂ ਨੂੰ ਪਤਾ ਲੱਗਣੇ ਚਾਹੀਦੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦੋਨੇ ਸ਼੍ਰੋਮਣੀ ਕਾਲੀਦਾਲ ਤੇ ਕਾਂਗਰਸ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ ਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਉਹ ਚਾਹੁੰਦੇ ਨਹੀਂ ਕਿ ਲੋਕਾਂ ਨੂੰ ਜਿਹੜੀਆਂ ਉਹਦੀਆਂ ਸਚਾਈਆਂ ਉਹ ਪਤਾ ਲੱਗਣ ਜਿਸ ਤਰ੍ਹਾਂ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਦੋ ਕਮਿਸ਼ਨ ਬਣ ਗਏ ਚਾਰ ਐਸਆਈਟੀਆਂ ਬਣ ਗਈਆਂ ਬਣਦੀਆਂ ਰਹਿਣੀਆਂ ਇਸ ਤਰ੍ਹਾਂ ਹੁਣ ਵੀ ਜਿਹੜੀ ਐਸਆਈਟੀ ਜਿਹੜੀ ਕੋਟਕਪੂਰਾ ਦੀ ਜਿਹੜੀ ਜਾਂਚ ਕਰ ਰਹੀ ਆ ਐਲਕੇ ਯਾਦਵ ਲక్ష్ਮੀਕਾਂ ਯਾਦਵ ਹੈ ਐਡੀਜੀਪੀ ਦੀ ਉਹਨਾਂ ਦੇ ਅਧੀਨ ਇਹ ਕੰਮ ਕਰ ਰਹੀ ਆ ਲੋਕਾਂ ਨੂੰ ਇਸ ਤੋਂ ਵੀ ਬਹੁਤ ਜ਼ਿਆਦਾ ਕੋਈ ਭਰੋਸਾ ਨਹੀਂ ਆ ਹਾਲਾਂਕਿ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਬੁਲਾਇਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਵੀ ਬੁਲਾਇਆ ਗਿਆ ਪਰ ਲੋਕਾਂ ਨੂੰ ਐਂਡ ਤੇ ਲੱਗਦਾ ਕਿ ਕੇਸ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਕਿਉਂਕਿ ਲੋਕਾਂ ਨੂੰ ਦੋਨਾਂ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਜਾਂ ਉਹਨਾਂ ਦੇ ਜਿਹੜੇ ਹੈੱਡ ਹੋਣ ਚਾਹੇ ਮੁੱਖ ਮੰਤਰੀ ਹੋਣ ਉਹਨਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਉਮੀਦ ਨਹੀਂ ਕੋਈ ਭਰੋਸਾ ਰਹਿ ਨਹੀਂ ਗਿਆ ਮਨਪ੍ਰੀਤ ਪੰਥਪ੍ਰੀਤ اور ਢੱਡਰੀਆਂ ਵਾਲੇ ਸੰਤ ਜਿਨ੍ਹਾਂ ਨੂੰ ਹੁਣ ਅੱਜਕੱਲ ਤਾਂ ਇਹ ਵੀ ਇੱਕ ਪੰਗਾ ਹੈ ਕਿ ਕੋਈ ਆਪਣੇ ਆਪ ਨੂੰ ਸੰਤ ਘਮਾਉਂਦਾ ਕਹਿੰਦਾ ਮੈਨੂੰ ਬਾਬਾ ਕਹੋ ਕਿ ਕਿਨਾਂ ਸੰਤ ਕਹੋ ਤੇ ਚੋਲੇ ਸਾਰਿਆਂ ਦੇ ਇੰਜ ਦੇ ਆ ਵੀ ਹੁਣ ਬਾਲ ਮਾਨਸਿਕਤਾ ਤੋਂ ਹੀ ਸਾਡੇ ਅੰਦਰ ਉਹ ਭਰੀਆਂ ਗੱਲਾਂ ਪਈ ਐ ਬਾਬਾ ਵਾ ਤੇ ਸੰਤਤਾ ਤੇ ਚੱਲ ਚੋਲੋ ਛੱਡ ਦਿੰਨੇ ਉਹ ਉਹਨਾਂ ਨੂੰ ਵੀ ਸ਼ਾਇਦ ਸੱਦਿਆ ਐ ਐਸਐਟਿ ਨੇ ਇਹ ਮੌਕੇ ਤੇ ਸ਼ਾਇਦ ਉਹ ਦੋਨਾਂ ਸਮਿਆਂ ਦੇ ਵਿੱਚ ਕਾਫੀ ਸਰਗਰਮ ਲੋਕ ਸੀਗੇ ਇਹ ਇਹ ਅਗਲੇ ਦਿਨਾਂ 'ਚ ਦੇਖਣਾ ਹੋਊਗਾ ਕਿ ਸਰਕਾਰ ਕਿਉਂਕਿ ਪ੍ਰੈਸ਼ਰ ਦੇ ਵਿੱਚ ਆ ਕੈਪਟਨ ਨਮਰਿੰਦਰ ਸਿੰਘ ਦੀ ਸ਼ਾਖ ਦਾਤ ਹੈ ਕੁਝ ਕਰਦੇ ਆ ਕਿ ਨਹੀਂ ਕਰਦੇ ਜਾਂ ਇਹਦੇ ਰਿਜ਼ਲਟ ਕੀ ਆਉਂਦੇ ਕਿਉਂਕਿ ਕਾਨੂੰਨੀ ਅੜਚਨਾ ਬਹੁਤ ਆ ਹਰ ਮਾਮਲੇ ਦੇ ਵਿੱਚ ਅਦਾਲਤ ਦੇ ਫੈਸਲੇ ਅੱਗੇ ਖੜੇ ਆ ਤੇ ਜਿੰਨੇ ਵੀ ਜਿਨ੍ਹਾਂ ਨੂੰ ਸੇਕ ਲੱਗਦਾ ਉਹਨਾਂ ਨੂੰ ਰਾਹਤ ਲੈਣ ਲਈ ਅਦਾਲਤਾਂ ਖੁੱਲੀਆਂ ਪਈਆਂ ਨੇ ਉਹਦਾ ਹੱਕ ਵੀ ਬਣਦਾ ਪਰ ਇਹਦਾ ਇਨਸਾਫ ਜਾਂ ਇਹਦੀ ਇਹਦੇ ਸੱਚ ਬਾਹਰ ਆਉਣੇ ਚਾਹੀਦੇ ਆ ਹੁਣ ਵੀ ਅੱਜਕੱਲ੍ਹ ਵੀ ਕੁਝ ਇੱਕ ਥਾਵਾਂ ਤੇ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਕਿਉਂਕਿ ਮੈਂ ਤਾਂ ਇਹਨੂੰ ਇੰਜ ਹੀ ਦੇਖਦਾ ਹੁੰਦਾ ਕਿ ਜਦੋਂ ਇਲੈਕਸ਼ਨ ਆਉਣ ਲੱਗਦੀ ਹੈ ਜੇ ਇਹ ਕੁਝ ਵਾਪਰਦਾ ਹੈ ਤਾਂ ਇਹ ਗਲਤ ਆ ਔਰ ਜੇ ਇਹ ਸੰਗਠਿਤ ਤਰੀਕੇ ਨਾਲ ਵਾਪਰਿਆ ਕੋਈ ਵੀ ਕਰ ਰਿਹਾ ਹੋਵੇ ਤੇ ਇਹ ਮੇਰੇ ਖਲ ਵਧੀਆ ਸਮਾਜ ਲਈ ਕੋਈ ਔਰ ਸਾਨੂੰ ਵੀ ਬੱਸੇ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਥਾ ਥਾ ਗੁਰੂ ਘਰ ਤਾਂ ਬਣਾਏ ਉਹਨਾਂ ਦੇ ਸਾਫ ਸੰਭਾਲ ਲਈ ਬਹੁਤੇ ਪ੍ਰਬੰਧ ਨਹੀਂ ਕੀਤੇ ਇੱਕਦਮ ਅਸੀਂ ਗ੍ਰੰਥੀ ਰੱਖ ਕੇ ਆਪਣੀ ਜ਼ਿੰਮੇਵਾਰੀ ਤੋਂ ਸੁਖਰੂ ਹੋ ਜਾਂਦੇ ਆਂ ਔਰ ਮਸਿਆ ਸੰਗਰਾਮਦਿਓ ਨੂੰ 10 20 50 ਰੁਪਏ ਦੇ ਕੇ ਸੋਚਦੇ ਸਾਡੀ ਜ਼ਿੰਮੇਵਾਰੀ ਕਈ ਜੇ ਤੁਸੀਂ ਧਾਰਮਿਕ ਸਥਾਨ ਬਣਾਏ ਆ ਤੇ ਉਹਦੇ ਲਈ ਸਮਾਂ ਕੱਢੋ ਜਾਂ ਉਹਦੇ ਲਈ ਇੱਕ ਪ੍ਰਬੰਧਕ ਕਮੇਟੀ ਬਣਾਓ ਜੇ ਪ钱 ਕੁਝ ਪੈਸੇ ਵੀ ਖਰਚੋ ਆਦਰਵਾਇਜ਼ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਨਾਲ ਦੇ ਪਿੰਡ ਦੇ ਵਿੱਚ ਚਲੇ ਜਾਓ ਜਾਂ ਨਾਲ ਦੇ ਮਹੱਲੇ 'ਚ ਜਾ ਕੇ ਮੱਥਾ ਟੇਕ ਆਓ ਜਾਂ ਇਤਿਹਾਸਕ ਸਥਾਨਾਂ ਤੇ ਜਾ ਕੇ ਟੇਕ ਆਇਆ ਕਰੋ ਉਹੀ ਚੀਜ਼ ਕਰੀਏ ਜਿਹਦੇ ਲਈ ਜਿੰਮੇਵਾਰੀ ਲੈ ਸਕਦੇ ਆ ਮੈਂ ਆਖਰੀ ਕੱਲੇ ਕਰਨਾ ਚਾਹੁੰਦਾ ਸੀਗਾ ਜਾਂਦਾ ਜਾਂਦਾ ਕਿ ਸਿੱਧੂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਆਪਣੇ ਅਕਸ ਦੇ ਨਾਲ ਨਾਲ ਸਾਫ ਸੁਥਰੀ ਰਾਜਨੀਤੀ ਦਾ ਸਪੇਸ ਵੀ ਫਾਈਨਲ ਹੋਣਾ ਹੈ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਨੂੰ ਉੱਠਣ ਤੋਂ ਪਹਿਲਾਂ ਗਾਂਧੀ ਪਰਿਵਾਰ ਨਾਲ ਮੀਟਿੰਗ 'ਚ ਉੱਠਣ ਤੋਂ ਪਹਿਲਾਂ ਮੇਰੇ ਖਿਆਲ ਸਭ ਤੋਂ ਵਿਚਾਨ ਤੇ ਦੁਬਧਾ 'ਚ ਦੇਖਿਆ ਗਿਆ ਹੋਊਗਾ ਕਿਉਂਕਿ ਜਦੋਂ ਤੁਸੀਂ ਸਿੱਟੇ ਤਨ ਪਹੁੰਚ ਰਹੇ ਹੋਵੋ ਗੱਲਬਾਤ ਕਿਸੇ ਪਾਸੇ ਨਾ ਲੱਗ ਰਹੀ ਹੋਵੇ ਤੁਹਾਡਾ ਕੈਰੀਅਰ ਸਟ੍ਰਕ ਹੋ ਗਿਆ ਹੋਵੇ ਤੁਸੀਂ ਇਹ ਸੋਚ ਨਹੀਂ ਪਾ ਰਹੇ ਹੋ ਕਿ ਹੋਣ ਕੀ ਵਾਲਾ ਤੁਸੀਂ ਆਜ਼ਾਦ ਵੀ ਨਹੀਂ ਹੋ ਤੁਸੀਂ ਵੱਡੀ ਹਸਤੀ ਤਾਂ ਹੋਵੋ ਲੇਕਿਨ ਤੁਸੀਂ ਇਹ ਫ੍ਰੀडम ਨਾਲ ਕੰਮ ਕਰਨ ਦੀ ਸਮਰੱਥਾ ਨਾ ਰੱਖ ਰਹੇ ਹੋਵੋ ਫਸੇ ਮਹਿਸੂਸ ਕਰੋ ਸਭ ਤੋਂ ਮੁਸ਼ਕਲ ਦੌਰ ਹੁੰਦਾ ਹੈ ਪੰਜਾਬ ਵੀ ਇਸ ਤਰ੍ਹਾਂ ਦੇ ਮੁਸ਼ਕਲ ਦੌਰ ਚੋਂ ਲੰਘ ਰਿਹਾ ਸਟ੍ਰਕ ਹੋਇਆ ਖੜੋਤ ਦਾ ਸ਼ਿਕਾਰ ਹੈ ਆਖਰ ਦੇ ਵਿੱਚ ਲੋਕ ਇਹੀ ਚਾਹੁੰਦੇ ਨੇ ਇਹ ਖੜੋਤ ਟੁੱਟੇ ਇਹ ਜਮੂਦ ਟੁੱਟਣ ਇਹ ਜਿਹੜੇ ਕਬਜ਼ੇ ਨੇ ਇਹਨਾਂ ਤੋਂ ਇਹਨਾਂ ਤੋਂ ਸਾਨੂੰ ਨਜਾਤ ਮਿਲੇ ਔਰ ਕਬਜ਼ੇ ਭਾਵੇਂ ਬਿਜ਼ਨਸਸ ਦੇ ਵਿੱਚ ਨੇ ਭਾਵੇਂ ਅ ਅਫਸਰशाही ਦੇ ਵਿੱਚ ਨੇ ਹਰੇਕ ਕਬਜ਼ਾਈ ਹੋਇਆ ਪਿਆ ਸੋ ਇਹ ਕਬਜ਼ੇ ਟੁੱਟਣਗੇ ਤਾਂ ਸਮੂਹਿਕ ਲੀਡਰਸ਼ਿਪ ਉੱਭਰੂਗੀ ਸਮੂਹਿਕ ਵਪਾਰ ਚੱਲਣਗੇ ਮੰਡੀ ਵਧੂਗੀ ਮੈਂ ਜਾਂਦੇ ਜਾਂਦੇ ਥੋੜ ਕੋਈ ਇੱਕ ਲਾਈਨ ਦੀ ਗੱਲ ਕਰਾ ਕੇ ਤੇ ਮੈਂ ਚਾਹੁੰਦਾ ਕਿ ਇਹਨੂੰ ਖਤਮ ਕਰੀਏ ਬਿਲਕੁਲ ਠੀਕ ਗੱਲ ਆ ਤੁਸੀਂ ਇਹ ਗੱਲ ਕਹੀ ਹੈ ਕਿ ਇਹ ਸਾਰੇ ਪਾਰਟੀਆਂ ਨੇ ਚਾਹੀਦਾ ਔਰ ਮੌਕਾ ਵੀ ਆਇਆ ਔਰ ਦੇਖੋ ਲੋਕਾਂ ਨੇ ਮੌਕਾ ਦਿੱਤਾ ਵੀ ਆ ਇਹ ਜਿਹੜੇ ਤੁਸੀਂ ਕਬਜ਼ੇ ਟੁੱਟਣ ਜਾਂ ਪਾਰਟੀਆਂ ਦੇ ਕਬਜ਼ੇ ਟੁੱਟਣ ਜਾਂ ਕਿਸੇ ਵੀ ਤਰ੍ਹਾਂ ਦੇ ਚਾਹੇ ਕੱਲ ਸੁਖਵੀਰ ਸਿੰਘ ਬਾਦਲ ਜਿਵੇਂ ਜਾਂਦੇ ਆ ਔਰ ਆਪਣੇ মিডিਆ ਨੂੰ ਲੈ ਕੇ ਜਾਂਦੇ ਆ ਔਰ ਦੇਖਦੇ ਆ ਇਸ ਤਰ੍ਹਾਂ ਲੱਗਦਾ ਸੀ ਕਿ ਜਿੰਨਾ ਉਤੇ ਕੱਲ ਤੱਕ ਇਲਜ਼ਾਮ ਲੱਗਦੇ ਸੀ ਹੁਣ ਉਹ ਵੀ ਅੱਗੇ ਆ ਕੇ ਕਹਿਣ ਲੱਗੇ ਆ ਕਿ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਮੇਰਾ ਕਹਿਣ ਦਾ ਭਾਵੇਂ ਆ ਕਿ ਜਦੋਂ ਕੋਈ ਵੀ ਸਰਕਾਰਾਂ ਵਾਅਦੇ ਕਰਕੇ ਆਉਂਦੀ ਆ ਚਾਹੇ ਉਹ ਕਿਸੇ ਵੀ ਤੀਵੀ ਸਰਕਾਰ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਜਦੋਂ ਉਹ ਵਾਅਦੇ ਪੂਰੇ ਨਹੀਂ ਹੁੰਦੇ ਤੇ ਲੋਕਾਂ ਦੇ ਵਿੱਚ ਬੇਪਰੋਸਕੀ ਜਿਹੜੀ ਆ ਉਹ ਪੈਦਾ ਹੁੰਦੀ ਆ ਜਿੰਨਾ ਚਿਰ ਅਸੀਂ ਉਹਨਾਂ ਦੇ ਟਰਸਟ ਨੂੰ ਦੁਬਾਰਾ ਰਿਸਟੋਰ ਨਹੀਂ ਕਰਦੇ ਉਹ ਉਹਨਾਂ ਕੋਲੇ ਵਿਚਾਰਾ ਕੋਲੇ ਇੱਕ ਹੀ ਆਪਸ਼ਨ ਹੁੰਦਾ ਲੋਕਾਂ ਕੋਲੇ ਆਮ ਤੌਰ ਤੇ ਕਿ ਅਸੀਂ ਇਸ ਨੂੰ ਬਦਲ ਲਈਏ ਦੂਸਰੇ ਨੂੰ ਲੈ ਆਏ ਕਿ ਦੂਸਰੇ ਨੂੰ ਬਦਲ ਕੇ ਤੀਸਰੇ ਨੂੰ ਲੈ ਆਏ ਉਹ ਸਰਕਾਰਾਂ ਬਦਲਦੇ ਰਹਿੰਦੇ ਨੇ ਤੇ ਲੇਕਿਨ ਜਦੋਂ ਉਹ ਸਰਕਾਰ ਆ ਕੇ ਸਿਰ ਤੇ ਬਹਿ ਜਾਂਦੀਆਂ ਆ ਕੇ ਉਹਨਾਂ ਦੇ ਹੁਕਮਰਾਨ ਬਣ ਜਾਂਦੀਆਂ ਤੇ ਉਹ ਉਹ ਫਿਰ ਜਨਤਾ ਨੂੰ ਇੱਕ ਤਰ੍ਹਾਂ ਦਾ ਆਪਣਾ ਗੁਲਾਮ ਸਮਝਦੀਆਂ ਤੇ ਉਸੇ ਤਰ੍ਹਾਂ ਉਹ ਬਿਹੇਵ ਕਰਦੀਆਂ ਤੇ ਫੇਰ ਲੋਕੀ ਮਯੂਸ ਹੋਣ ਤੇ ਮਜਬੂਰ ਹੋ ਜਾਂਦੇ ਚ ਲਾ ਦੇ ਕੇ ਤਾਂ ਇਹ ਆ ਲੇਕਿਨ ਫੇਰ ਵੀ ਮੈਂ ਕਹਣਾ ਕਿ ਲੋਕਾਂ ਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਉਮੀਦ ਤੇ ਹੀ ਦੁਨੀਆ ਬਰਕਰਾਰ ਆ ਤਾਂ ਕਿ ਕੱਲ ਨੂੰ ਜਿਹੜਾ ਨਵਾਂ ਸੂਰਜ ਉੱਗੇ ਉਹ ਉਮੀਦ ਆ ਉੱਗੇ ਬਹੁਤ ਮਿਹਰਬਾਨੀ ਤੁਸੀਂ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਸਮਾਪਨ ਕੀਤਾ ਬਹੁਤ ਧੰਨਵਾਦ ਧੰਨਵਾਦ ਜੀ